ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਔਰ ਪ੍ਰਾਈਮ ਏਸ਼ੀਆ ਟੀਵੀ ਦੇ ਆਪਣੇ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਦੱਸ ਰਿਹਾ ਸੀ ਪੁਰਾਣੇ ਪ੍ਰੋਗਰਾਮਸ ਦੇ ਵਿੱਚ ਕਿ ਕਿਵੇਂ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਆਪਣੇ ਜਿਹੜੇ ਭਾਰਤੀ ਨੇ ਆਪਣੇ ਪੰਜਾਬੀ ਕੈਨੇਡਾ ਵਿੱਚ ਆਉਣੇ ਸ਼ੁਰੂ ਹੋਏ ਤਾਂ ਇੱਥੇ ਉਹਨਾਂ ਨੇ ਬੜੀ ਲੰਬੀ ਮਿਹਨਤ ਮੁਸ਼ਕਤ ਘਾਲਣਾ ਘਾਲੀ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਵੀ ਕਰਨਾ ਪਿਆ ਔਰ ਡਾਕਟਰ ਵਰਿਆਮ ਸਿੰਘ ਸੰਧੂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਸੋ ਡਾਕਟਰ ਸਾਹਿਬ ਤੁਸੀਂ ਮੈਨੂੰ ਪਹਿਲੇ ਪ੍ਰੋਗਰਾਮਸ ਦੇ ਵਿੱਚ ਕਿਤੇ ਦੱਸਿਆ ਸੀਗਾ ਕਿ ਜਦੋਂ ਆਪਣੇ ਮੁੱਢਲੇ ਸਾਲਾਂ ਦੇ ਵਿੱਚ ਭਾਰਤੀ ਇੱਥੇ ਆਏ ਤਾਂ ਉਹਨਾਂ ਦੇ ਮਿਲ ਬੈਠਣ ਦੀ ਕੋਈ ਸਾਂਝੀ ਜਗ੍ਹਾ ਨਹੀਂ ਸੀਗੀ ਜਿੱਥੇ ਉਹ ਬੈਠਦੇ ਆਪਣਾ ਦੁੱਖ ਸੁੱਖ ਫੋਲਦੇ ਅਤੇ ਉਹਨਾਂ ਦੁੱਖਾਂ ਮੁਸ਼ਕਲਾਂ ਦਾ ਕੋਈ ਇਲਾਜ ਲੱਭਦੇ ਮੰਨ ਲਓ ਕਿਤੇ ਪਾਰਕ ਦੇ ਵਿੱਚ ਖੜ੍ਹੇ ਨੇ ਉਹ ਅਤੇ ਉੱਥੇ ਪੁਲਿਸ ਆ ਜਾਂਦੀ ਉਹਨਾਂ ਨੂੰ ਵਿਚਾਰਿਆਂ ਨੂੰ ਭਜਾ ਦਿੰਦੀ ਤਾਂ ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਸਾਂਝੀ ਉਸਾਰੀ ਅਧੀਨ ਇੱਕ ਗੁਰਦੁਆਰਾ ਜਿਹੜਾ ਜੀ ਉਹ ਬਣਾ ਲਿਆ ਜਾਵੇ ਫਿਰ ਖਾਲਸਾ ਦੀਵਾਨ ਸੁਸਾਇਟੀ ਉਹਨਾਂ ਨੇ ਬਣਾਈ ਅਤੇ ਇੱਕ ਗੁਰਦੁਆਰੇ ਦਾ ਜਿਹੜਾ ਜੀ ਉਸਾਰੀ ਸ਼ੁਰੂ ਕੀਤੀ ਗੁਰਦੁਆਰਾ ਸਿੱਖ ਟੈਂਪਲ ਅਤੇ ਗੁਰਦੁਆਰਾ ਸਿੱਖ ਟੈਂਪਲ ਮੈਨੂੰ ਯਾਦ ਆ ਕਿ ਪਿਛਲੇ ਦਿਨ ਮੈਂ ਖਬਰਾਂ ਦੇ ਵਿੱਚ ਪੜ੍ਹਿਆ ਸੀਗਾ ਰੋਸ ਸਟਰੀਟ ਦੇ ਉੱਪਰ ਵੈਨਕੂਵਰ ਇੱਕ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀਗੀ ਕੀ ਉਹ ਉਹੀ ਗੁਰਦੁਆਰਾ ਸੀਗਾ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਜੀ ਸਾਨੂੰ ਇਹ ਚਲੋ ਇਹ ਚੰਗੀ ਗੱਲ ਹੋਈ ਤੁਸੀਂ ਅੱਜ ਜਿਹੜਾ ਨਾਲ ਰੋਸ ਸਟਰੀਟ ਵਾਲੇ ਗੁਰਦੁਆਰੇ ਦੀ ਗੱਲ ਕੀਤੀ ਆ ਜੀ ਕਿਉਂਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਉਸ ਵੇਲੇ ਸਾਡੇ ਲੋਕਾਂ ਨੇ ਜਿਹੜੇ ਕੈਨੇਡਾ 'ਚ ਆਏ ਸਨ ਨਾ ਬਣਾਈ ਉਦੋਂ ਇੰਡੀਆ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਸੀਗੀ ਅਤੇ ਉਹ ਸਿੰਘ ਸਭਾ ਲਹਿਰ ਵੱਲੋਂ ਨਾ ਖਾਲਸਾ ਦੀਵਾਨ ਜਿਹੜੇ ਸਨ ਖਾਲਸਾ ਦੀਵਾਨ ਅੰਮ੍ਰਿਤਸਰ ਖਾਲਸਾ ਦੀਵਾਨ ਲਾਹੌਰ ਜਿਹੜੇ ਸਨ ਇਹ ਬਣਾਏ ਗਏ ਫਿਰ ਚੀਫ ਖਾਲਸਾ ਦੀਵਾਨ ਬਣਿਆ ਇਹ ਸਾਂਝੀਆਂ ਜਥੇਬੰਦੀਆਂ ਸਨ ਉਹਦੀ ਤਰਜ਼ ਦੇ ਉੱਤੇ ਇੱਥੇ ਪਹਿਲਾਂ ਤਾਂ ਸਾਡੇ ਲੋਕਾਂ ਨੇ ਖਾਲਸਾ ਦੀਵਾਨ ਸੁਸਾਇਟੀ ਬਣਾਈ ਕਿਉਂਕਿ ਜਿਹੜੇ ਸਾਡੇ ਇੱਥੇ ਲੋਕ ਆਏ ਸਨ ਨਾ ਉਹਨਾਂ ਵਿੱਚੋਂ ਬਹੁਤੀ ਗਿਣਤੀ ਵਿੱਚ ਜਿਹੜੇ ਸਨ ਉਹ ਫੌਜੀ ਸਨ ਅਤੇ ਉਹਨਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸਨ ਤਾਂ ਸਿੱਖਾਂ ਦੀ ਵੱਡੀ ਗਿਣਤੀ ਸੀ ਲਗਭਗ 80-85% ਸਿੱਖ ਸਨ ਤਾਂ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਬਣਾ ਕੇ ਅਤੇ ਫਿਰ ਗੁਰਦੁਆਰਾ ਬਣਾਉਣ ਬਾਰੇ ਸੋਚਿਆ ਭਾਈ ਅਰਜਨ ਸਿੰਘ ਇੱਕ ਸਿੰਘ ਸਨ ਜਿਹੜੇ ਆਪਣੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਥੇ ਲੈ ਕੇ ਆ ਗਏ ਸੀ ਇੰਡੀਆ ਤੋਂ ਠੀਕ ਹੈ ਤਾਂ ਪਹਿਲਾਂ ਤਾਂ ਉਹਨਾਂ ਨੇ ਇੱਕ ਕਿਰਾਏ ਦੇ ਉੱਤੇ ਮਕਾਨ ਲੈ ਕੇ ਅਤੇ ਉਹਦੇ ਵਿੱਚ ਜਿਹੜਾ ਸੀ ਗੁਰਦੁਆਰਾ ਬਣਾਇਆ ਅਤੇ ਫਿਰ ਜ਼ਮੀਨ ਖਰੀਦ ਲਈ ਅਤੇ ਜ਼ਮੀਨ ਖਰੀਦ ਕੇ ਅਤੇ 1908 ਦੀ ਜਨਵਰੀ ਦੇ ਵਿੱਚ ਬਕਾਇਦਾ ਜਿਹੜਾ ਸੀ ਗੁਰਦੁਆਰਾ ਸਿੱਖ ਟੈਂਪਲ ਜਿਹੜਾ ਉਹਦੀ ਉਸਾਰੀ ਹੋ ਚੁੱਕੀ ਸੀ ਅਤੇ ਉਹਦਾ ਉਦਘਾਟਨ ਹੋਇਆ ਠੀਕ ਹੈ ਇਸ ਗੁਰਦੁਆਰੇ ਦਾ ਜਿਹੜੇ ਸਾਡੇ ਇੰਡੋ ਕੈਨੇਡੀਅਨਸ ਲੋਕ ਸਨ ਉਹਨਾਂ ਦੇ ਇੱਥੇ ਸਥਾਪਿਤ ਹੋਣ ਵਿੱਚ ਉਹਨਾਂ ਦੇ ਇੱਥੇ ਕੀਤੇ ਸੰਘਰਸ਼ ਦੇ ਵਿੱਚ ਬਹੁਤ ਹੀ ਲਾਸਾਨੀ ਅਤੇ ਇਤਿਹਾਸਿਕ ਯੋਗਦਾਨ ਹੈ ਠੀਕ ਹੈ ਜਿੰਨੇ ਵੀ ਸੰਘਰਸ਼ ਅੱਗੇ ਲੜੇ ਗਏ ਉਹ ਸਾਰੇ ਇਸੇ ਗੁਰਦੁਆਰੇ ਦੇ ਵਿੱਚੋਂ ਹੀ ਲੜੇ ਗਏ ਤਾਂ ਉਹਨਾਂ ਦੀ ਬਾਤ ਵੀ ਆਪਾਂ ਪਾਵਾਂਗੇ ਪਰ ਚੱਲਦੇ ਚੱਲਦੇ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਇਹ ਰੋਸ ਸਟਰੀਟ ਵਾਲਾ ਜਿਹੜਾ ਗੁਰਦੁਆਰਾ ਹੈ ਕਿ ਇਹ ਉਹੋ ਹੀ ਗੁਰਦੁਆਰਾ ਹੈ ਪੁਰਾਣਾ ਗੁਰਦੁਆਰਾ ਤਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਹੈ ਤਾਂ ਉਸੇ ਹੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਕਿ ਉਹਨਾਂ ਨੇ ਬਣਾਈ ਸੀ ਉਸ ਵੇਲੇ ਬਾਬਿਆਂ ਨੇ ਉਹਦੀ ਕੰਟੀਨਿਊਟੀ ਉਹਦੀ ਲਗਾਤਾਰਤਾ ਵਿੱਚ ਉਹੋ ਹੀ ਜਿਹੜੀ ਕਮੇਟੀ ਆ ਨਾ ਅੱਗੇ ਨਵੀਆਂ ਪੀੜ੍ਹੀਆਂ ਜਿਹੜੀਆਂ ਬਦਲਦੀਆਂ ਆਈਆਂ ਅਤੇ ਉਹੋ ਹੀ ਕੰਟੀਨਿਊ ਕਰਦੀ ਪਈ ਆ ਔਰ ਉਹ ਸਿਲਸਿਲਾ ਜਿਹੜਾ ਲਗਾਤਾਰ ਜੇ ਤੱਕ ਚੱਲਦਾ ਪਿਆ ਪਰ ਇਹ ਗੁਰਦੁਆਰਾ ਰੋਸ ਸਟਰੀਟ ਵਾਲਾ ਹੈ ਨਾ ਇਹ ਗੁਰਦੁਆਰਾ ਉਹ ਗੁਰਦੁਆਰਾ ਨਹੀਂ ਹੈਗਾ ਬਹੁਤ ਸਾਲ ਪਹਿਲਾਂ ਜਿਹੜਾ ਪਹਿਲਾ ਗੁਰਦੁਆਰਾ ਸੀ ਨਾ ਉਹ ਤਜਾਰਤੀ ਏਰੀਏ ਦੇ ਵਿੱਚ ਆਉਣ ਕਰਕੇ ਅਤੇ ਉਸ ਗੁਰਦੁਆਰੇ ਨੂੰ ਸੈਕਿੰਡ ਐਵੇਨਿਊ ਦੇ ਉੱਤੇ ਸੀਗਾ ਉਹ ਗੁਰਦੁਆਰਾ ਠੀਕ ਹੈ ਜੀ ਉਹ ਗੁਰਦੁਆਰਾ ਜਿਹੜਾ ਸੀਗਾ ਕਿ ਨਹੀਂ ਉਸ ਵੇਲੇ ਦੀ ਕਮੇਟੀ ਨੇ ਵੇਚ ਕੇ ਅਤੇ ਇਹ ਜਿਹੜਾ ਸੀ ਗੁਰਦੁਆਰਾ ਇੱਥੇ ਨਵੇਂ ਥਾਂ ਦੇ ਉੱਤੇ ਖੁੱਲ੍ਹੇ ਥਾਂ 'ਤੇ ਉਹਨਾਂ ਨੇ ਬਣਾਇਆ ਉਹਨਾਂ ਦਾ ਮਕਸਦ ਇਹ ਸੀ ਕਿ ਉਹ ਥਾਂ ਥੋੜ੍ਹਾ ਤਜਾਰਤੀ ਏਰੀਆ ਅਤੇ ਇੱਥੇ ਅਸੀਂ ਗੁਰਦੁਆਰਾ ਖੁੱਲ੍ਹੇ ਥਾਂ ਦੇ ਉੱਤੇ ਬਣਾਵਾਂਗੇ ਵੱਡਾ ਗੁਰਦੁਆਰਾ ਉਸਾਰਾਂਗੇ ਜੀ ਪਰ ਇਹ ਗੱਲ ਜਿਹੜੀ ਆ ਨਾ ਇਹ ਬੜੀ ਆਪਣੇ ਆਪ ਵਿੱਚ ਦੁਖਦਾਈ ਗੱਲ ਹੈਗੀ ਆ ਕਿਉਂਕਿ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਹੁੰਦੀਆਂ ਨੇ ਨਾ ਉਹਨਾਂ ਦੀ ਇੱਕ ਆਪਣੀ ਖੁਸ਼ਬੂ ਹੁੰਦੀ ਹੈ ਉਹਨਾਂ ਦੀ ਇੱਕ ਆਪਣੀ ਤਾਜ਼ਗੀ ਹੁੰਦੀ ਹੈ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੁੰਦਾ ਹੈ ਜਦੋਂ ਕੋਈ ਬੰਦਾ ਉਸ ਥਾਂ ਨੂੰ ਦੇਖਦਾ ਆ ਅਤੇ ਉਹ ਆਪਣੇ ਆਪ ਨੂੰ ਉਹਨਾਂ ਸਮਿਆਂ ਦੇ ਵਿੱਚ ਤੁਰਦਾ ਫਿਰਦਾ ਮਹਿਸੂਸ ਕਰਦਾ ਹੈ ਬਿਲਕੁਲ ਠੀਕ ਹੈ ਉਹਨਾਂ ਸਮਿਆਂ ਦੇ ਵਿੱਚ ਸਾਹ ਲੈਂਦਾ ਮਹਿਸੂਸ ਕਰਦਾ ਹੈ ਜਿਵੇਂ ਮੈਂ ਜਦੋਂ ਫਾਈਵ ਵੁੱਡ ਸਟਰੀਟ ਦੇ ਉੱਤੇ ਸਨ ਫਰਾਂਸਿਸਕੋ ਗਿਆ
ਭਾਵੇਂ ਉਹ ਇਮਾਰਤ ਪਹਿਲਾਂ ਵਾਲੀ ਨਹੀਂ ਹੈਗੀ, ਇਮਾਰਤ ਬਦਲ ਦਿੱਤੀ ਗਈ ਆ, ਪਰ ਮੈਨੂੰ ਇੱਥੇ ਇਹ ਅਹਿਸਾਸ ਹੋਇਆ ਕਿ ਇਹ ਜਿਹੜੀ ਸੜਕ ਹੈਗੀ ਆ ਫਾਈਵਵੁੱਡ ਸਟਰੀਟ ਵਾਲੀ ਇਸ ਇਮਾਰਤ ਦੇ ਸਾਹਮਣੇ, ਇਹਦੇ ਉੱਤੇ ਕਦੀ ਕਰਤਾਰ ਸਿੰਘ ਸਰਾਭੇ ਦੇ ਪੈਰ ਪੈਂਦੇ ਹੋਣਗੇ, ਇੱਥੇ ਬਾਬਾ ਸੋਹਣ ਸਿੰਘ ਭਕਨਾ ਜਿਹੜਾ ਸੀ ਉਹ ਵੀ ਤੁਰ ਕੇ ਇਸ ਪਾਸੇ ਅੰਦਰ ਜਾਂਦਾ ਹੋਵੇਗਾ। ਤੋ ਇਹ ਅਹਿਸਾਸ ਜਿਹੜਾ ਨਾ ਆਪਣੇ ਆਪ ਵਿੱਚ ਬੜਾ ਖੂਬਸੂਰਤ ਅਤੇ ਰੋਮਾਂਚਕ ਅਹਿਸਾਸ ਹੈਗਾ। ਪਰ ਸਾਡੇ ਜਿਹੜੇ ਲੋਕ ਨੇ ਨਾ, ਸਾਡੇ ਲੋਕ ਇਸ ਇਤਿਹਾਸਕ ਗੌਰਵ ਨੂੰ ਜਿਹੜਾ ਉਹ ਪਛਾਣਦੇ ਨਹੀਂ ਗੇ, ਸਮਝਦੇ ਨਹੀਂ ਹੈਗੇ। ਔਰ ਇਹੋ ਹੀ ਕਾਰਨ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜੀਆਂ ਸਾਡੇ ਸੰਤ ਸੇਵਾ ਕਰਨ ਵਾਲੇ ਨੇ, ਕਾਰ ਸੇਵਾ ਕਰਨ ਵਾਲੇ, ਉਹਨਾਂ ਦੇ ਪੁਰਾਣੇ ਜਿਹੜੇ ਇਤਿਹਾਸਕ ਗੁਰਦੁਆਰੇ ਸੀਗੇ, ਉਹਨਾਂ ਦੀ ਜਿਹੜੀ ਪੁਰਾਣੀ ਦਿੱਖ ਸੀਗੀ, ਜਿਹੜੀ ਪੁਰਾਣੀ ਖੁਸ਼ਬੂ ਸੀ, ਪੁਰਾਣੀ ਖੂਬਸੂਰਤੀ ਜਿਹੜੀ ਸੀ, ਉਸ ਖੂਬਸੂਰਤੀ ਨੂੰ ਜਿਹੜਾ ਕਿ ਨਹੀਂ ਉਹਨਾਂ ਨੇ ਢਾ ਕੇ ਸਾਰਾ ਕੁਝ ਸੰਗਮਰਮਰ ਦੇ ਹੇਠਾਂ ਢੱਕ ਦਿੱਤਾ, ਇਹ ਵੀ ਬੜੀ ਦੁਖਦਾਈ ਗੱਲ ਹੈਗੀ ਆ। ਤੋ ਇਹ ਗੁਰਦੁਆਰੇ ਦੀ ਗੱਲ ਜਿਹੜੀ ਰੋਸ ਸਟਰੀਟ ਦੀ ਜਿਹੜੀ ਆ, ਉਹ ਆਪਾਂ ਇਸ ਹਵਾਲੇ ਨਾਲ ਕਰ ਸਕਦੇ ਹਾਂ। ਗੱਲ ਆਪਾਂ ਉੱਥੇ ਫਿਰ ਪਰਤਦੇ ਹਾਂ ਕਿ ਉਸ ਗੁਰਦੁਆਰੇ ਨੇ ਜਿਹੜਾ ਸਿੱਖ ਟੈਂਪਲ ਬਣਿਆ ਸੀਗਾ, ਉਹਦਾ ਸਾਡੇ ਇੰਡੋ ਕਨੇਡੀਅਨ ਜਿਹੜੇ ਮੁੱਢਲੇ ਦੌਰ ਵਿੱਚ ਆਏ ਉਹਨਾਂ ਦੇ ਇੱਥੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਔਰ ਉਹਦੇ ਅੱਗੇ ਕਈ ਵਿਸਥਾਰ, ਕਈ ਡਿਟੇਲਸ। ਡਾਕਟਰ ਸਾਹਿਬ ਬਹੁਤ ਖੂਬ, ਔਰ ਇਸ ਵਿਸਥਾਰ ਦੀਆਂ ਜਿਹੜੀਆਂ ਗੱਲਾਂ ਨੇ, ਇਸ ਵਿਸਥਾਰ ਦੀਆਂ ਜਿਹੜੀਆਂ ਪਰਤਾਂ ਨੇ, ਹੋਰ ਵੀ ਤੁਹਾਡੇ ਕੋਲ ਜਾਣਾਂਗੇ, ਪਰ ਉਸ ਤੋਂ ਪਹਿਲਾਂ ਜੀ ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਜਾਣਾ ਕਿਤੇ ਨਹੀਂ, ਇੱਥੇ ਹੀ ਰਹਿਣਾ। ਡਾਕਟਰ ਵਰਿਆਮ ਸਿੰਘ ਸੰਧੂ ਨਾਲ ਅਜੇ ਹੋਰ ਡੂੰਘੀਆਂ ਵਡਮੁੱਲੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ, ਅਤੇ ਤੁਸੀਂ ਵੇਖ ਰਹੇ ਹੋ ਆਪਣਾ ਪ੍ਰਾਈਮ ਹਿਸਟਰੀ। ਦੋਸਤੋ, ਪ੍ਰਾਈਮ ਹਿਸਟਰੀ ਦੇ ਵਿੱਚ ਡਾਕਟਰ ਵਰਿਆਮ ਸੰਧੂ ਹੁਣਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ 1908 ਦੇ ਵਿੱਚ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਨੇ ਜਿਹੜਾ ਜੀ ਉਹਦੀ ਉਸਾਰੀ ਕਰ ਲਈ, ਅਤੇ ਫਿਰ ਉੱਥੇ ਆਪਣੇ ਜਿਹੜੇ ਪੰਜਾਬੀ, ਆਪਣੇ ਹਿੰਦੀ ਭਾਈਚਾਰੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋ ਡਾਕਟਰ ਸਾਹਿਬ, ਮੈਨੂੰ ਇਹ ਦੱਸੋ ਕਿ ਜਦੋਂ ਉੱਥੇ ਤੁਸੀਂ ਦੱਸਿਆ ਕਿ ਵੀ ਜਿਹੜਾ ਗੁਰਦੁਆਰਾ ਸਿੱਖ ਟੈਂਪਲ ਉਹ ਸਥਾਪਿਤ ਕਰ ਲਿਆ ਗਿਆ ਸੈਕਿੰਡ ਸਟਰੀਟ ਵੈਨਕੂਵਰ ਦੇ ਵਿੱਚ, ਫਿਰ ਉੱਥੇ ਮੈਂ ਕਿਤੋਂ ਪੜ੍ਹਿਆ ਸੀਗਾ ਕਿ ਉਹਦੀ ਉੱਪਰਲੀ ਮੰਜ਼ਿਲ ਦੇ ਉੱਪਰ ਜਿਹੜਾ ਸੀਗਾ ਪੂਜਾ ਪਾਠ ਔਰ ਸ਼ਬਦ ਕੀਰਤਨ ਹੁੰਦਾ ਸੀਗਾ, ਔਰ ਦੂਸਰੀ ਜਿਹੜੀ ਸੀਗੀ ਜਿਹੜਾ ਗਰਾਊਂਡ ਫਲੋਰ ਸੀਗਾ ਉੱਥੇ ਆਪਣੇ ਭਾਰਤੀ ਭਾਈਚਾਰੇ ਦੇ ਲੋਕ ਬੈਠਦੇ ਸੀ, ਆਪਣੇ ਮਸਲੇ ਵਿਚਾਰਦੇ ਸੀਗੇ, ਉਹਨਾਂ ਮੁਸ਼ਕਲਾਂ ਦਾ ਹੱਲ ਲੱਭਦੇ ਸੀਗੇ। ਕਿੱਦਾਂ ਦੇ ਮਸਲੇ ਸੀਗੇ, ਕਿੱਦਾਂ ਦਾ ਹੱਲ ਲੱਭਿਆ, ਮਤਲਬ ਇਸ ਧਾਰਮਿਕ ਸਥਾਨ ਨੇ ਜਿੱਥੇ ਕਿ ਉਹ ਆਪਣਾ ਅਕੀਦਾ ਵੀ ਜਿਹੜਾ ਸੀਗਾ ਪ੍ਰਗਟ ਕਰਦੇ ਸੀ, ਆਪਣੀਆਂ ਧਾਰਮਿਕ ਭਾਵਨਾਵਾਂ ਦੀ ਸ਼ਰਧਾ ਵੀ ਪ੍ਰਗਟ ਕਰਦੇ ਸੀ, ਉੱਥੇ ਨਾਲ ਦੀ ਨਾਲ ਇੱਥੋਂ ਜਿਹੜਾ ਮੇਨ ਸੰਘਰਸ਼ ਵੀ ਜਿਹੜਾ ਕੈਨੇਡੀਅਨ ਵਿਤਕਰੇ ਦੇ ਖਿਲਾਫ ਜਾਂ ਕੈਨੇਡੀਅਨ ਜਿਹੜੀ ਘਾਲਣਾ ਕਾਲੀ ਉਹਦੇ ਖਿਲਾਫ ਲੜਿਆ, ਉਹਦੇ ਬਾਰੇ ਦੱਸੋ ਜੀ, ਕੀ ਯੋਗਦਾਨ ਰਿਹਾ ਇਸ ਗੁਰਦੁਆਰਾ ਸਿੱਖ ਟੈਂਪਲ ਦਾ ਜੀ? ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਇਸ ਗੁਰਦੁਆਰੇ ਦਾ ਇੱਕ ਬੜਾ ਹੀ ਸ਼ਾਨਾ ਮੱਤਾ ਇਤਿਹਾਸ ਹੈਗਾ ਜੀ, ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਹੇਠਲੀ ਜਿਹੜੀ ਬੇਸਮੈਂਟ ਸੀਗੀ ਜੀ, ਉੱਤੇ ਠੀਕ ਹੈ ਕੀਰਤਨ ਵੀ ਹੁੰਦਾ ਸੀ, ਪਾਠ ਵੀ ਹੁੰਦਾ ਸੀਗਾ, ਅਤੇ ਉੱਥੇ ਵੀ ਹਿੰਦੂ ਸਿੱਖ ਅਤੇ ਮੁਸਲਮਾਨ ਸਾਰੇ ਇਕੱਠੇ ਮਿਲ ਕੇ ਜਾਂਦੇ ਸਨ। ਮੈਨੂੰ ਯਾਦ ਹੈ ਮੈਂ ਜਦੋਂ ਭਾਈ ਮੇਵਾ ਸਿੰਘ ਹੋਰਾਂ ਦੀ ਜੀਵਨੀ ਲਿਖਦਾ ਪਿਆ ਸੀ ਤਾਂ ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਅਜੇ ਗੁਰਦੁਆਰਾ ਬਣਿਆ ਹੀ ਸੀ ਨਵਾਂ ਨਵਾਂ, ਅਤੇ ਇੱਕ ਕੋਈ ਮੁਸਲਮਾਨ ਜਿਹੜਾ ਸੀ ਕਿ ਨਹੀਂ ਜੀ, ਉਹ ਆਇਆ ਅਤੇ ਗੁਰਦੁਆਰੇ ਦੇ ਬਾਹਰ ਹੀ ਬੈਠ ਗਿਆ। ਹੈਂ ਠੀਕ ਹੈ, ਤਾਂ ਭਾਈ ਮੇਵਾ ਸਿੰਘ ਨੇ ਉਹਨੂੰ ਕਿਹਾ ਕਿ ਭਾਈ ਤੂੰ ਬਾਹਰ ਕਿਉਂ ਬੈਠਾ, ਤੂੰ ਅੰਦਰ ਕਿਉਂ ਨਹੀਂ ਜਾਂਦਾ? ਅਤੇ ਉਹ ਕਹਿਣ ਲੱਗਾ ਜੀ ਵੀ ਇਹ ਗੁਰਦੁਆਰਾ ਸਿੱਖਾਂ ਦਾ ਹੈ ਅਤੇ ਪਤਾ ਨਹੀਂ ਕਿ ਮੈਂ ਅੰਦਰ ਜਾ ਸਕਦਾ, ਕਿ ਮੇਰਾ ਜਾਣਾ ਠੀਕ ਸਮਝਿਆ ਜਾਵੇ ਜਾਂ ਨਾ ਸਮਝਿਆ ਜਾਵੇ। ਅਤੇ ਭਾਈ ਮੇਵਾ ਸਿੰਘ ਨੇ ਉਹਨੂੰ ਉਠਾ ਕੇ ਅਤੇ ਆਪਣੇ ਗੱਲ ਨਾਲ ਲਾ ਲਿਆ, ਉਹਨੇ ਭਾਈ ਇਹ ਤਾਂ ਸਾਡੇ ਗੁਰੂਆਂ ਦੀ ਸਿੱਖਿਆ ਹੈਗੀ ਕਿ ਗੁਰਦੁਆਰਾ ਸਿੱਖਾਂ ਇਕੱਲਿਆਂ ਦਾ ਨਹੀਂ, ਗੁਰਦੁਆਰਾ ਤਾਂ ਸਰਬ ਸਾਂਝੀ ਮਨੁੱਖਤਾ ਦਾ ਹੈ, ਅਤੇ ਇਸ ਕਰਕੇ ਤੂੰ ਉੱਠ, ਇਹ ਗੁਰਦੁਆਰਾ ਜਿੰਨਾ ਮੇਰਾ ਆ ਜਿੰਨਾ ਕਿਸੇ ਹੋਰ ਸਿੱਖ ਦਾ ਉਨਾ ਹੀ ਤੇਰਾ ਉਨਾ ਹੀ ਤੇਰਾ। ਤੋ ਹਿੰਦੂ ਸਿੱਖ ਅਤੇ ਮੁਸਲਮਾਨ ਗੁਰਦੁਆਰੇ ਵੀ ਜਾਂਦੇ ਸਨ, ਉੱਥੇ ਵੀ ਆਪਣੀ ਅਕੀਦਤ ਦਾ ਪ੍ਰਗਟਾਵਾ ਕਰਦੇ ਸੀ, ਅਤੇ ਹੇਠਾਂ ਵੀ ਹਿੰਦੂ ਸਿੱਖ ਅਤੇ ਮੁਸਲਮਾਨ ਬੈਠ ਕੇ ਨਾ ਅਤੇ ਆਪਣੇ ਸਾਂਝੇ ਮਸਲੇ ਵਿਚਾਰਦੇ ਸਨ। ਮਸਲਨ ਜੇ ਸਾਡੇ ਲੋਕਾਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਟਾਪੂ ਵਿੱਚ ਧੱਕਣ ਦਾ ਮਸਲਾ ਆਇਆ, ਉਹ ਸਾਰੇ ਮਸਲੇ ਵੀ ਇੱਥੇ ਜਿਹੜੇ ਸੀ ਉਹ ਵਿਚਾਰੇ ਗਏ, ਜਾਂ ਜਦੋਂ ਕਾਮਾਗਾਟਾ ਮਾਰੂ ਜਹਾਜ਼ ਆਇਆ ਅਤੇ ਉਸ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੇ ਵਾਸਤੇ ਜਾਂ ਉਹਨਾਂ ਦੇ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਜਾਂ ਉਹ ਸਾਰੇ ਦਾ ਸੰਘਰਸ਼ ਸੀਗਾ, ਉਹ ਸਾਰਾ ਇਸ ਥਾਂ ਦੇ ਉੱਤੋਂ ਲੜਿਆ ਗਿਆ, ਜਾਂ ਆਪਣੇ ਪਰਿਵਾਰਾਂ ਨੂੰ ਇੱਥੇ ਮੰਗਾਉਣ ਦੀ ਲੜਾਈ ਸੀ ਜਿਹੜੀ ਕਿ ਇੰਡੀਆ ਤੋਂ ਸਾਡੇ ਪਰਿਵਾਰ ਜਿਹੜੇ ਇੱਥੇ
ਆਉਣੇ ਚਾਹੀਦੇ ਆ। ਸਾਨੂੰ ਇੱਥੇ ਕੈਨੇਡਾ ਵਿੱਚ ਪਰਿਵਾਰਾਂ ਸਮੇਤ ਰਹਿਣ ਦਾ, ਜਿਉਣ ਦਾ, ਵਸਣ ਦਾ ਅਧਿਕਾਰ ਹੈ, ਉਹ ਵੀ ਇੱਥੋਂ ਲੜੀ ਗਈ। ਔਰ ਖੂਬਸੂਰਤ ਗੱਲ ਇਹ ਹੈਗੀ ਆ ਕਿ ਹਿੰਦੂ, ਸਿੱਖ ਅਤੇ ਮੁਸਲਿਮ ਇਤਫਾਕ ਦਾ ਇੱਕ ਲਸਾਨੀ ਮੁਜ਼ਾਹਰਾ ਹੁੰਦਾ ਸੀਗਾ ਇੱਥੇ। ਜਦੋਂ ਮੈਂ ਜ਼ਿਕਰ ਕੀਤਾ ਸੀਗਾ ਕਿ ਇੰਡੀਆ ਵਿੱਚ ਇਹ ਆਪਸ ਵਿੱਚ ਫੁੱਟ ਦੇ ਦੰਗੇ ਹੋਏ ਸਨ, ਪਰ ਇੱਥੇ ਉਹ ਸਾਰੇ ਇਕੱਠੇ ਹੋਏ ਹੋਏ ਸਨ। ਔਰ ਆਪਣੇ ਮਸਲਮ ਇਹ ਜ਼ਿਕਰ ਆਉਂਦਾ ਹੈ ਕਿ ਗਿਆਨੀ ਕੇਸਰ ਸਿੰਘ ਹੁਣੀ ਉਸ ਹਵਾਲੇ ਨਾਲ ਦੱਸਦੇ ਨੇ, ਕਹਿੰਦੇ ਨੇ ਕਿ ਜਿਹੜੀਆਂ ਮੀਟਿੰਗਸ ਵੀ ਹੁੰਦੀਆਂ ਸਨ ਥੱਲੇ, ਅਤੇ ਮੀਟਿੰਗਸ ਦੇ ਵਿੱਚ ਜੇ ਇਸ ਮੀਟਿੰਗ ਦੀ ਪ੍ਰਧਾਨਗੀ ਭਾਈ ਭਾਗ ਸਿੰਘ ਨੇ ਕੀਤੀ ਆ, ਅਤੇ ਅਗਲੀ ਮੀਟਿੰਗ ਦੀ ਪ੍ਰਧਾਨਗੀ ਜ਼ਰੂਰੀ ਨਹੀਂ ਗਾ ਕਿ ਭਾਈ ਭਾਗ ਸਿੰਘ ਜਾਂ ਕੋਈ ਹੋਰ ਸਿੱਖ ਕਰੇ, ਅਗਲੀ ਵਾਰ ਪੰਡਿਤ ਸੋਹਣ ਲਾਲ ਪਾਠਕ ਜਿਹੜਾ ਉਹ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ, ਉਸ ਤੋਂ ਅਗਲੀ ਮੀਟਿੰਗ ਦੀ ਪ੍ਰਧਾਨਗੀ ਮੁਹੰਮਦ ਅਕਬਰ ਕਰ ਰਿਹਾ, ਉਸ ਤੋਂ ਅਗਲੀ ਮੀਟਿੰਗ ਦੀ ਪ੍ਰਧਾਨਗੀ ਹਸਨ ਰਹੀਮ ਕਰ ਰਿਹਾ। ਮਤਲਬ ਇਹ ਸਾਰੇ ਜਿਹੜੇ ਲੋਕ ਸਨਕ ਨਹੀਂ, ਇਹ ਜਿਹੜੀ ਸੱਚੀ ਉਹ ਅਸਲ ਵਿੱਚ ਜਿਹਨੂੰ ਆਪਾਂ ਕਹਾਂਗੇ ਨਾ ਕਿ ਜਿਹੜੀ ਸੱਚੀ ਸਿੱਖੀ ਸਪਿਰਿਟ ਸੀਗੀ, ਜਿਹੜੀ ਮਾਨਸ ਕੀ ਜਾਤ ਸਭੇ ਕਿ ਪਹਿਚਾਣ ਉਹਦਾ ਜਿਹੜਾ ਨਾਰਾ ਲਾਉਂਦੀ ਸੀਗੀ, ਉਹਦਾ ਪ੍ਰਗਟਾਵਾ ਜਿਹੜਾ ਸੀਗੀ ਬੜਾ ਖੂਬਸੂਰਤ ਇਸ ਗੁਰਦੁਆਰੇ ਦੇ ਵਿੱਚ ਹੁੰਦਾ ਸੀਗਾ। ਔਰ ਖੂਬਸੂਰਤ ਗੱਲ ਇਹ ਹੈ ਕਿ ਇਹ ਗੁਰਦੁਆਰੇ ਦੇ ਬਾਰੇ ਜਿਹੜੇ ਉਸ ਵੇਲੇ ਦੇ ਇੱਥੋਂ ਦੇ CID ਦੀਆਂ ਰਿਪੋਰਟਾਂ ਨੇ ਜਾਂ ਜਿਹੜੇ ਇੱਥੋਂ ਦੇ ਅੰਗਰੇਜ਼ ਅਧਿਕਾਰੀ ਸਨ, ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਗੁਰਦੁਆਰਾ ਇਕੱਲਾ ਗੁਰਦੁਆਰਾ ਨਹੀਂ, ਇਹ ਤਾਂ ਕਮਿਊਨਿਟੀ ਸੈਂਟਰ ਹੈਗਾ, ਇਹ ਇੱਕ ਤਰੀਕੇ ਦੇ ਨਾਲ ਇਹ ਉਹਨਾਂ ਦਾ ਰੁਜ਼ਗਾਰ ਦਾ ਦਫ਼ਤਰ ਵੀ ਹੈਗਾ, ਰੁਜ਼ਗਾਰ ਦਫ਼ਤਰ ਵੀ ਹੈਗਾ, ਕਿਉਂਕਿ ਜਿਹੜੇ ਲੋਕ ਆਉਂਦੇ ਨੇ ਇੰਡੀਆ ਤੋਂ ਜਿਨ੍ਹਾਂ ਨੂੰ ਅਜੇ ਕੋਈ ਕੰਮ ਕਾਰ ਨਹੀਂ ਮਿਲਿਆ, ਉਹ ਗੁਰਦੁਆਰੇ ਵਿੱਚ ਠਹਿਰ ਸਕਦੇ ਨੇ, ਉੱਥੇ ਰੋਟੀ ਪਾਣੀ ਛਕ ਸਕਦੇ ਨੇ, ਜਿੰਨਾ ਚਿਰ ਤੱਕ ਉਹਨਾਂ ਨੂੰ ਕੋਈ ਕੰਮ ਨਹੀਂ ਗਾ ਲੱਭਦਾ ਉੱਥੇ ਰਹਿ ਸਕਦੇ ਨੇ। ਔਰ ਉਸ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਕੰਮ ਲੱਭਣ ਦੇ ਵਿੱਚ ਵੀ ਮਦਦ ਕਰਦੇ ਨੇ, ਇਹ ਰੁਜ਼ਗਾਰ ਦਫ਼ਤਰ ਦੇ ਤੌਰ ਦੇ ਉੱਤੇ ਹੋ ਗਿਆ। ਅੱਛਾ, ਇੱਕ ਜਿਹੜੀ ਗੱਲ ਹੈ ਨਾ, ਇਹ ਤਾਂ ਹੈਗੀ ਆ ਜਿਹੜਾ ਇਨਸਾਨੀ ਭਾਈਚਾਰੇ ਦੀ ਗੱਲ, ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਖੂਬਸੂਰਤ ਜਿਹੜੀ ਆ ਉਹ ਕਰਨੀ ਚਾਹਾਂਗਾ ਕਿ ਜਿਹੜੀਆਂ ਸਿੱਖੀ ਰਵਾਇਤਾਂ ਨੇ ਨਾ ਜੀ, ਉਹਨਾਂ ਦੀ ਵੀ ਜਿਹੜੀ ਕਿਵੇਂ ਸ਼ਾਨਦਾਰ ਢੰਗ ਦੇ ਨਾਲ ਪਾਲਣਾ ਹੁੰਦੀ ਸੀ ਇੱਥੇ, ਉਹਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਜਾਵਾਂ ਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਸੀ ਉਹ ਤਾਂ ਸੀਗੀ ਐਗਜੈਕਟਿਵ ਬਾਡੀ ਜਿਹੜੀ ਗੁਰਦੁਆਰੇ ਦਾ ਪ੍ਰਬੰਧ ਚਲਾਉਂਦੀ ਸੀਗੀ। ਠੀਕ ਹੈ, ਉਹਦੀ ਚੋਣ ਤਾਂ ਜਿਹੜੇ ਮੈਂਬਰ ਸਨ ਉਹ ਮਿਲ ਕੇ ਵੋਟਾਂ ਦੇ ਨਾਲ ਕਰਦੇ ਸੀਗੇ ਜੀ, ਭਾਵੇਂ ਕਿ ਖਾਲਸਾ ਦੀਵਾਨ ਸੁਸਾਇਟੀ ਦਾ ਜਿਹੜਾ ਵਿਧਾਨ ਹੈ ਉਹਦੇ ਵਿੱਚ ਜਿਹੜਾ ਗੁਰਦੁਆਰੇ ਦਾ ਹੈੱਡ ਗ੍ਰੰਥੀ ਹੈ ਨਾ ਜੀ, ਉਹਦੀ ਚੋਣ ਦਾ ਕੋਈ ਖਾਸ ਵਿਧੀਵਤ ਤਰੀਕਾ ਲਿਖਿਆ ਨਹੀਂ ਗਿਆ। ਠੀਕ ਹੈ, ਪਰ ਉਸ ਵੇਲੇ ਜਿਹੜਾ ਸਭ ਤੋਂ ਪਹਿਲਾ ਹੈੱਡ ਗ੍ਰੰਥੀ ਇਸ ਗੁਰਦੁਆਰੇ ਦਾ ਥਾਪਿਆ ਗਿਆ, ਜਿਹੜਾ ਬਹੁਤ ਵੱਡਾ ਦੇਸ਼ ਭਗਤ ਸੀ, ਅੱਗੇ ਜਾ ਕੇ ਗਦਰ ਲਹਿਰ ਦੇ ਨਾਲ ਜੁੜਿਆ ਔਰ ਉਹਨੇ ਜਾ ਕੇ ਸ਼ਹਾਦਤ ਦਾ ਜਾਮ ਵੀ ਪੀਤਾ ਇੰਡੀਆ ਦੇ ਵਿੱਚ, ਭਾਈ ਬਲਵੰਤ ਸਿੰਘ ਖੁਰਦਪੁਰ ਤੋਂ, ਭਾਈ ਬਲਵੰਤ ਸਿੰਘ ਖੁਰਦਪੁਰ ਜਿਹੜੇ ਸੀਗੇ ਕਿ ਨਹੀਂ, ਉਹਨਾਂ ਦੀ ਜਿਹੜੀ ਚੋਣ ਸੀਗੀ ਉਹ ਸਰਬਸੰਮਤੀ ਦੇ ਨਾਲ ਹੋਈ। ਠੀਕ ਹੈ, ਕਿ ਔਰ ਇਹ ਰਵਾਇਤ ਹੀ ਬਣ ਗਈ ਅੱਗੋਂ ਕਈ ਸਾਲਾਂ ਤੱਕ ਕਿ ਜਿਹੜਾ ਵੀ ਕੋਈ ਗੁਰਦੁਆਰੇ ਦਾ ਗ੍ਰੰਥੀ ਬਣੇਗਾ ਉਹ ਸਰਬਸੰਮਤੀ ਦੇ ਨਾਲ ਬਣੇਗਾ, ਵੋਟਾਂ ਦੇ ਨਾਲ ਨਹੀਂ ਬਣੇਗਾ, ਔਰ ਉਹਨੂੰ ਸੁਪਰੀਮ ਸੰਗਤ ਚੁਣਦੀ ਸੀ ਜਿਹਨੂੰ ਆਪਾਂ ਸਰਬੱਤ ਖਾਲਸਾ ਵੀ ਕਹਿ ਸਕਦੇ ਹਾਂ, ਔਰ ਉਹ ਸੰਗਤ ਹੀ ਉਹਨੂੰ ਹਟਾ ਸਕਦੀ ਸੀ। ਠੀਕ ਹੈ, ਐਗਜੈਕਟਿਵ ਬਾਡੀ ਜਿਹੜੀ ਸੀ ਖਾਲਸਾ ਦੀਵਾਨ ਸੁਸਾਇਟੀ ਦੀ ਉਹ ਉਹਨਾਂ ਨੂੰ ਨਹੀਂ ਸੀ ਹਟਾ ਸਕਦੀ। ਔਰ ਅਗਲੇ ਸਮੇਂ ਦੇ ਵਿੱਚ ਜਦੋਂ ਕੁਝ ਇਸ ਤਰ੍ਹਾਂ ਦੇ ਮੌਕੇ ਵੀ ਆਏ ਜਦੋਂ ਕਿ ਭਾਈ ਬਲਵੰਤ ਸਿੰਘ ਨੂੰ ਇੰਡੀਆ ਵੀ ਜਾਣਾ ਪਿਆ ਸੀ ਆਪਣਾ ਇੱਕ ਵਫਦ ਲੈ ਕੇ, ਅਤੇ ਉਸ ਵੇਲੇ ਜਦੋਂ ਉਹਨਾਂ ਦੀ ਥਾਂ ਉੱਤੇ ਕਿਸੇ ਬੰਦੇ ਨੂੰ ਬਿਠਾਉਣਾ ਸੀ ਗ੍ਰੰਥੀ ਬਣਾ ਕੇ, ਅਤੇ ਉਦੋਂ ਪ੍ਰੋਫੈਸਰ ਤੇਜਾ ਸਿੰਘ ਵਰਗੇ ਨਾਮਣੇ ਵਾਲੇ ਜਿਹੜੇ ਸਿੱਖ ਸਨ ਉਹਨਾਂ ਦੇ ਉੱਤੇ ਵੀ ਸਰਬਸੰਮਤੀ ਨਹੀਂ ਸੀ ਹੋਈ, ਅਤੇ ਭਾਈ ਬਲਵੰਤ ਸਿੰਘ ਨੂੰ ਕਿਹਾ ਸੀ ਕਿ ਤੂੰ ਆਪਣੀ ਥਾਂ ਦੇ ਉੱਤੇ ਕਿਸੇ ਨੂੰ ਬਣਾ ਜਾ, ਜਿੰਨਾ ਚਿਰ ਤੱਕ ਬਣਾਉਣਾ ਤਾਂ ਆ ਕੇ ਤੂੰ ਹੀ ਸਾਂਭੇਗਾ। ਫਿਰ ਭਾਈ ਬਲਵੰਤ ਸਿੰਘ ਨੇ ਜਿਹੜਾ ਸੀ ਉਹ ਆਪਣੀ ਥਾਂ ਦੇ ਉੱਤੇ ਭਾਈ ਵਰਿਆਮ ਸਿੰਘ ਨੂੰ ਨਿਯੁਕਤ ਕੀਤਾ ਸੀਗਾ, ਅਤੇ ਨਾਲ ਉਹਨੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਮੈਂ ਨਾ ਵਾਂ ਉਹਨਾਂ ਚਿਰ ਤੱਕ ਇਹ ਵੀ ਨਹੀਂ ਹਟੇਗਾ, ਅਤੇ ਨਾਲ ਦੇ ਨਾਲ ਜਿਹੜੀ ਕਮੇਟੀ ਇਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਹੈਗੀ ਇਹਦੀ ਵੀ ਉਹਨਾਂ ਚਿਰ ਤੱਕ ਨਵੀਂ ਚੋਣ ਨਹੀਂ ਹੋਵੇਗੀ। ਔਰ ਇਸ ਤਰੀਕੇ ਦੇ ਨਾਲ ਗ੍ਰੰਥੀ ਦਾ ਜਿਹੜਾ ਸੀ ਕਿ ਨਹੀਂ ਉਹ ਸਨਮਾਨ ਕੀਤਾ ਜਾਂਦਾ ਸੀ, ਤਾਂ ਸਰਬਸੰਮਤੀ ਦੇ ਨਾਲ ਹੀ ਚੁਣਿਆ ਜਾਂਦਾ ਸੀ, ਸੁਪਰੀਮ ਸੰਗਤ ਹੀ ਉਹਨੂੰ ਚੁਣਦੀ ਸੀ, ਸੁਪਰੀਮ ਸੰਗਤ ਹੀ ਉਹਨੂੰ ਹਟਾ ਸਕਦੀ ਸੀ, ਇਹ ਇੱਕ ਬੜੀ ਵੱਡੀ ਗੱਲ ਸੀ। ਬਿਲਕੁਲ ਡਾਕਟਰ ਸਾਹਿਬ, ਕਿਆ ਇਖਲਾਕ ਔਰ ਕਿਆ ਕਦਰਾਂ ਕੀਮਤਾਂ ਵਾਲੇ ਸੀ ਉਹ ਲੋਕ। ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ, ਪਰ ਦੋਸਤੋ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬ੍ਰੇਕ, ਕਿਧਰੇ ਜਾਇਓ ਨਾ, ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ।
ब्रेक तो बाद प्राइम हिस्टरी प्रोग्राम दे विच एक बार फिर तुहाडा स्वागत है। ब्रेक तो पहला डॉक्टर वरियाम सिंह संधू सानू दस रहे सीगे कि 1908 दे विच वैनकूवर दे विच गुरद्वारा सिख टैंपल स्थापित कर लिया गया ते उत्थे सारे मजहबां दे लोक हिंदू मुस्लिम और सिख उत्थे बैठदे अपने मुश्किलों का इलाज लभदे उहदा हल लभदे और उन्हां दे उच्चियां कदरां कीमतां दी उन्हां दे चंगे इखलाक दी गलबात आपां कर रहे सीगे। डॉक्टर साहब साडे उस वेले दे जिहड़े सारे भाईचारे दे लोक उन्हां दीआं उच्चियां कदरां कीमतां उन्हां दे इखलाक दी गल आपां कर रहे सीगे होर उन्हां दे इखलाक उन्हां दे सुभाव बारे थोड़ा जिहा होर सानूं दस्सो जी। देखो जी असल च ते गल इह है कि उन्हां दे किरदार दी जिहड़ी बुलंदी है कि नहीं जी ਉਹ ਤਾਂ ਇਤਿਹਾਸ ਦੇ ਵਿੱਚ ਇੱਕ ਰੋਸ਼ਨ ਮਨਾਰ ਵਾਂਗ ਜਗਦੀ ਪਈ ਆ। ਕਈ ਦਿਸ਼ਾਵਾਂ ਨੇ ਉਹਨਾਂ ਦੇ ਇਖਲਾਕ ਦੀ ਬੁਲੰਦੀ ਦੀਆਂ ਕਿਰਦਾਰ ਦੀ ਬੁਲੰਦੀ ਦੀਆਂ ਜੀ ਉਹਨਾਂ ਦੇ ਵਿੱਚੋਂ ਉਹਨਾਂ ਲੋਕਾਂ ਨੇ ਦੇਸ਼ ਵਾਸਤੇ ਜਾਨਾਂ ਵਾਰੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੱਧਰ ਨੂੰ ਧਾਈਆਂ ਕੀਤੀਆਂ ਇਹ ਸਾਰੇ ਜਿਹੜੇ ਮਸਲੇ ਸਨ ਉੱਥੇ ਵਿਚਾਰੇ ਗਏ ਉੱਥੇ ਸਾਰੇ ਸੰਘਰਸ਼ ਜਿਹੜੇ ਸੀ ਲਾਮਬੰਦ ਕੀਤੇ ਉਹਨਾਂ ਲੋਕਾਂ ਨੇ ਜਿਹੜੀ ਤੁਸੀਂ ਕਿਰਦਾਰ ਦੀ ਗੱਲ ਕਰਦੇ ਸੀ ਨਾ ਮੈਂ ਭਾਈ ਬਲਵੰਤ ਸਿੰਘ ਦੀ ਗੱਲ ਕਰਦਾ ਪਿਆ ਸੀਗਾ ਕਿ ਭਾਈ ਬਲਵੰਤ ਸਿੰਘ ਨੂੰ ਜਦੋਂ ਇੰਡੀਆ ਨੂੰ ਮੈਂ ਕਿਹਾ ਕਿ ਪਰਿਵਾਰ ਮੰਗਾਉਣ ਦੇ ਵਾਸਤੇ ਇੰਗਲੈਂਡ ਦੀ ਸਰਕਾਰ ਨੂੰ ਅਤੇ ਭਾਰਤ ਦੀ ਸਰਕਾਰ ਨੂੰ ਵਫਦ ਇੱਕ ਮਿਲਣ ਵਾਸਤੇ ਗਿਆ ਸੀਗਾ ਉਸ ਵਫਦ ਦੇ ਵਿੱਚ ਭਾਈ ਬਲਵੰਤ ਸਿੰਘ ਖੁਰਦਪੁਰ ਜਿਹੜੇ ਗ੍ਰੰਥੀ ਸਨ ਇੱਥੋਂ ਦੇ ਉਹ ਮੁਖੀ ਦੇ ਤੌਰ 'ਤੇ ਗਏ ਸੀ ਦੋ ਬੰਦੇ ਨਾਲ ਹੋਰ ਸੀ ਭਾਈ ਨਰਾਇਣ ਸਿੰਘ ਅਤੇ ਆਨੰਦ ਸਿੰਘ ਸੀਰਾ ਠੀਕ ਹੈ ਅਤੇ ਜਦੋਂ ਉਹਨਾਂ ਨੇ ਜਾਣਾ ਸੀ ਜ਼ਾਹਰ ਹੈ ਕਿ ਗੁਰਦੁਆਰੇ ਦੇ ਗ੍ਰੰਥੀ ਦੀ ਜਿਹੜੀ ਥਾਂ ਸੀ ਉਹ ਖਾਲੀ ਹੋਣੀ ਸੀਗੀ ਅਤੇ ਮੈਂ ਜ਼ਿਕਰ ਕਰ ਰਿਹਾ ਸੀਗਾ ਪਹਿਲਾਂ ਕਿ ਉਸ ਵੇਲੇ ਪ੍ਰੋਫੈਸਰ ਤੇਜਾ ਸਿੰਘ ਵੀ ਸਿੱਖਾਂ ਦੇ ਬੜੇ ਵੱਡੇ ਆਗੂ ਗਿਣੇ ਜਾਂਦੇ ਸੀਗੇ ਔਰ ਬੜੇ ਵਿਦਵਾਨ ਆਦਮੀ ਸਨ ਤਾਂ ਉਹਨਾਂ ਦਾ ਨਾਂ ਜਿਹੜਾ ਸੀਗਾ ਪੇਸ਼ ਹੋਇਆ ਗ੍ਰੰਥੀ ਦੇ ਤੌਰ ਉੱਤੇ ਜੀ ਅਤੇ ਪਰ ਉਹਨਾਂ ਨੂੰ ਸਰਬਸੰਮਤੀ ਨਹੀਂ ਮਿਲੀ ਜੋ ਸਰਬਸੰਮਤੀ ਨਹੀਂ ਮਿਲੀ ਤਾਂ ਉਹਨਾਂ ਨੂੰ ਆਪਣਾ ਨਾਂ ਵੀ ਡਰਾ ਕਰਨਾ ਪਿਆ ਹੋਰ ਵੀ ਇੱਕ ਦੋ ਨਾਂ ਪੇਸ਼ ਹੋਏ ਕਿਸੇ 'ਤੇ ਵੀ ਸਰਬਸੰਮਤੀ ਨਹੀਂ ਸੁਪਰੀਮ ਸੰਗਤ ਨੇ ਕਿਸੇ ਨੂੰ ਵੀ ਸਰਬਸੰਮਤੀ ਨਾਲ ਪਾਸ ਨਹੀਂ ਕੀਤਾ ਜੀ ਫਿਰ ਉਹਨਾਂ ਨੇ ਸਰਬਸੰਮਤੀ ਨਾਲ ਭਾਈ ਬਲਵੰਤ ਸਿੰਘ ਨੂੰ ਕਿਹਾ ਵੀ ਤੂੰ ਆਪਣੀ ਥਾਂ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਨਿਯੁਕਤ ਕਰ ਜਾ ਪਹਿਲੀ ਗੱਲ ਤਾਂ ਉਹ ਵਫਦ ਜਾਣ ਵਾਸਤੇ ਵੀ ਜਦੋਂ ਵਫਦ ਜਾਣਾ ਸੀ ਨਾ ਜੀ ਜੀ ਵਫਦ ਜਾਣ ਵਾਸਤੇ ਵੀ ਤੇਜਾ ਸਿੰਘ ਨੇ ਆਪਣਾ ਨਾਂ ਦਿੱਤਾ ਸੀਗਾ ਪਰ ਵਫਦ ਕਹਿੰਦਾ ਸੀਗਾ ਵੀ ਤੇਜਾ ਸਿੰਘ ਨਹੀਂ ਜਾਵੇਗਾ ਸੰਗਤ ਜਿਹੜੀ ਸੀਗੀ ਉਹ ਬਲਵੰਤ ਸਿੰਘ ਦੇ ਨਾਂ 'ਤੇ ਮੁਤਫਿਕ ਹੋਈ ਸੀ ਠੀਕ ਹੈ ਅਤੇ ਬਲਵੰਤ ਸਿੰਘ ਜਿਹੜਾ ਉਹ ਵਫਦ ਦੇ ਵਿੱਚ ਜਾਵੇਗਾ ਉਹ ਅਗਵਾਈ ਕਰੇਗਾ ਅਤੇ ਬਲਵੰਤ ਸਿੰਘ ਦੀ ਨਿਰਮਾਣਤਾ ਕੇ ਦੇਖੋ ਉਹ ਕਹਿੰਦਾ ਨਹੀਂ ਜੀ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਅਤੇ ਸਿਆਣੇ ਬੰਦੇ ਹੋਰ ਨੇ ਤੁਸੀਂ ਉਹਨਾਂ ਨੂੰ ਭੇਜੋ ਮਤਲਬ ਅੱਜ ਕੱਲ੍ਹ ਤਾਂ ਲੋਕ ਚੌਧਰਾਂ ਦੇ ਪਿੱਛੇ ਭੱਜਦੇ ਤਾਂ ਉਹ ਕਹਿੰਦੇ ਵੀ ਕਿਸੇ ਹੋਰ ਨੂੰ ਭੇਜੋ ਪਰ ਸੰਗਤ ਦਾ ਹੁਕਮ ਸੀਗਾ ਉਹ ਨਹੀਂ ਵੀ ਤੈਨੂੰ ਸੰਗਤ ਦਾ ਹੁਕਮ ਮੰਨਣਾ ਪਊਗਾ ਅਤੇ ਉਹਨੇ ਫਿਰ ਸੰਗਤ ਦਾ ਹੁਕਮ ਜਿਹੜਾ ਸੀ ਸਿਰ ਮੱਥੇ ਮੰਨਿਆ ਅਤੇ ਫਿਰ ਜਿਵੇਂ ਮੈਂ ਦੱਸਿਆ ਸੀ ਉਹਨੇ ਕਿਹਾ ਵੀ ਫਿਰ ਜੇ ਮੈਨੂੰ ਸੰਗਤ ਨੇ ਹੁਕਮ ਦਿੱਤਾ ਹੈ ਨਾ ਅਤੇ ਮੈਂ ਹੀ ਜਾਵਾਂ ਅਤੇ ਫਿਰ ਇਹ ਆ ਕਿ ਮੇਰੇ ਮਗਰੋਂ ਜਿਹੜਾ ਨਾ ਜਿਹੜਾ ਗ੍ਰੰਥੀ ਆ ਉਹ ਭਾਈ ਵਰਿਆਮ ਸਿੰਘ ਹੋਵੇਗਾ ਅਤੇ ਨਾਲ ਦੇ ਨਾਲ ਜਿਹੜੀ ਕਮੇਟੀ ਹੁਣ ਹੈਗੀ ਆ ਨਾ ਖਾਲਸਾ ਦੀਵਾਨ ਸੁਸਾਇਟੀ ਇਹ ਉਹਨਾਂ ਚਿਰ ਬਦਲੀ ਨਾ ਜਾਵੇ ਜਿੰਨਾ ਚਿਰ ਤੱਕ ਮੈਂ ਵਾਪਸ ਨਾ ਆਵਾਂ ਔਰ ਸੰਗਤ ਨੇ ਉਹਦੀ ਗੱਲ ਜਿਹੜੀ ਸੀ ਇਹ ਪ੍ਰਵਾਨ ਕੀਤੀ ਉਹ ਵਫਦ ਦੀ ਕਹਾਣੀ ਇੱਕ ਵੱਖਰੀ ਉਹ ਬਾਅਦ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇਸ ਤੋਂ ਅੱਗੇ ਜਾ ਕੇ ਇੱਕ ਹੋਰ ਮਿਸਾਲ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੀ ਲਹਿਰ ਚੱਲ ਰਹੀ ਸੀ ਕਾਫੀ ਸਾਲ ਬਾਅਦ ਠੀਕ ਹੈ ਤਾਂ ਅਕਾਲੀ ਲਹਿਰ ਜਦੋਂ ਚੈਤੋਂ ਦਾ ਮੋਰਚਾ ਸੀ ਨਾ ਲੱਗਾ ਹੋਇਆ ਅਤੇ ਇੱਥੋਂ ਵੀ ਕਨੇਡਾ ਤੋਂ ਵੀ ਇੱਕ ਜਥਾ ਜਿਹੜਾ ਸੀਗਾ ਕਿ ਨਹੀਂ ਸ਼ਹੀਦੀ ਜਥਾ ਉਸ ਮੋਰਚੇ ਵਿੱਚ ਹਿੱਸਾ ਲੈਣ ਵਾਸਤੇ ਗਿਆ ਸੀ ਭਾਈ ਭਗਵਾਨ ਸਿੰਘ ਦਸਾਂਝ ਉਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਹੁੰਦੇ ਸੀਗੇ ਠੀਕ ਹੈ ਔਰ ਜਦੋਂ ਉਹਨਾਂ ਨੇ ਜਾਣਾ ਸੀਗਾ ਅਤੇ ਉਦੋਂ ਪਹਿਲਾਂ ਦੀ ਗੱਲ ਹੈਗੀ ਜਦੋਂ ਬਣੇ ਅਤੇ ਉਦੋਂ ਗ੍ਰੰਥੀ ਜਿਹੜਾ ਸੀ ਕਿ ਨਹੀਂ ਗ੍ਰੰਥੀ ਦੀ ਜਿਹੜੀ ਸੀਗੀ ਚੋਣ ਕਰਨੀ ਸੀਗੀ ਅਤੇ ਗ੍ਰੰਥੀ ਦੇ ਉੱਤੇ ਸਹਿਮਤੀ ਨਹੀਂ ਸੀ ਹੁੰਦੀ ਕਈ ਨਾਂ ਆਏ ਅਤੇ ਭਾਈ ਭਗਵਾਨ ਸਿੰਘ ਦਸਾਂਝ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦਾ ਪ੍ਰਧਾਨ ਸੀਗਾ ਜੀ ਉਹਨੇ ਫਿਰ ਇਹ ਕਿਹਾ ਵੀ ਜੇ ਸੰਗਤ ਹੁਕਮ ਦੇਵੇ ਅਤੇ ਮੈਂ ਬਿਨਾਂ ਕੁਛ ਲੈ ਦਿੱਤੇ ਤੋਂ ਪ੍ਰਧਾਨਗੀ ਵੀ ਕਰੂੰਗਾ ਅਤੇ ਨਾਲ ਦੇ ਨਾਲ ਮੈਂ ਗ੍ਰੰਥੀ ਦੀ ਸੇਵਾ ਵੀ ਕਰੂੰਗਾ ਅਤੇ ਇਹਦੇ ਵਿੱਚੋਂ ਮੈਂ ਇੱਕ ਵੀ ਪੈਸਾ ਨਹੀਂ ਲਊਂਗਾ ਅਤੇ ਨਾਲ ਦੇ ਨਾਲ ਆਪਣੀ ਫੈਕਟਰੀ ਵਿੱਚ ਮਿੱਲ ਵਿੱਚ ਵੀ ਮੈਨੂੰ ਸੰਗਤ ਜਿਹੜੀ ਕੰਮ ਕਰਨ ਦੀ ਆਗਿਆ ਦੇਵੇ ਅਤੇ ਮੈਂ ਉਸ ਤਰ੍ਹਾਂ ਆਪਣੀ ਕਮਾਈ ਕਰਾਂਗਾ ਤਾਂ ਇਹ ਤਾਂ ਉਹਨਾਂ ਲੋਕਾਂ ਦੇ ਕਿਰਦਾਰ ਸੀਗੇ ਉਦੋਂ ਬਾਅਦ ਵੈਸੇ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਰਵਾਇਤ ਜਿਹੜੀ ਸੀ ਬਦਲ ਗਈ ਅਤੇ ਉਹ ਰਵਾਇਤ ਬਦਲ ਦੇ ਨਾਲ ਫਿਰ ਆ ਗ੍ਰੰਥੀ ਜਿਹੜਾ ਸੀ ਉਹ ਹਾਇਰ ਵੀ ਕੀਤੇ ਜਾਣ ਲੱਗ ਪਏ ਪਰ ਉਸ ਵੇਲੇ ਤੱਕ ਜਦੋਂ ਇਹ ਦੌਰ ਸੀਗਾ ਉਦੋਂ ਸਰਬਸੰਮਤੀ ਦੇ ਨਾਲ ਜਿਹੜਾ ਸੀ ਗ੍ਰੰਥੀ ਦੀ ਚੋਣ ਕੀਤੀ ਜਾਂਦੀ ਇੱਕ ਹੋਰ ਗੱਲ ਨਾਲ ਮੈਂ ਸਾਂਝੀ ਕਰਨੀ ਚਾਹਾਂਗਾ ਕਿ ਸਿਰਫ ਇਹੋ ਗੁਰਦੁਆਰਾ ਨਹੀਂ ਬਣਾਇਆ ਗਿਆ ਉਸ ਵੇਲੇ ਫਿਰ ਨਾਲ ਦੇ ਨਾਲ ਇੱਕ ਗੁਰਦੁਆਰਾ ਕਟੋਰੀਆ ਵਿੱਚ ਵੀ ਬਣਿਆ
ਇੱਕ ਬਣਿਆ ਐਬਸਫੋਰਡ ਦੇ ਵਿੱਚ, ਇੱਕ ਬਣਿਆ ਨਿਊ ਵੈਸਟ ਮਿਨਿਸਟਰ ਦੇ ਵਿੱਚ। ਕਿਹੜੇ ਸਾਲਾਂ ਦੇ ਵਿੱਚ ਬਣੇ ਫਿਰ ਜੀ? ਇਹ ਬਸ ਸਾਲ ਸਾਲ ਦੋ ਦੋ ਸਾਲ ਦੇ ਫਰਕ ਦੇ ਨਾਲ ਬਣੇ ਇਹ ਗੁਰਦੁਆਰੇ ਜਿਹੜੇ ਸੀ ਨਾ। ਠੀਕ ਹੈ। ਅਤੇ ਖੂਬਸੂਰਤ ਗੱਲ ਇਹ ਸੀ ਕਿ ਇੱਥੇ ਵੀ ਉਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਸ਼੍ਰੋਮਣੀ ਕਮੇਟੀ ਅਜੇ ਬਣੀ ਨਹੀਂ ਸੀ ਪੰਜਾਬ ਦੇ ਵਿੱਚ। ਠੀਕ ਹੈ। ਪਰ ਸ਼੍ਰੋਮਣੀ ਕਮੇਟੀ ਦਾ ਇੱਕ ਮਾਡਲ ਉਹਨਾਂ ਨੇ ਉਹਨਾਂ 8 ਤੇ 10 ਦੇ ਸਾਲਾਂ ਵਿੱਚ ਸਾਡੇ ਸਾਹਮਣੇ ਪੇਸ਼ ਕਰਕੇ ਰੱਖ ਦਿੱਤਾ। ਮਤਲਬ ਜਿਹੜੀਆਂ ਇਹਨਾਂ ਗੁਰਦੁਆਰੇ ਦੀ ਸਥਾਨਕ ਕਮੇਟੀਆਂ ਸੀ ਨਾ, ਉਹਨਾਂ ਸਥਾਨਕ ਕਮੇਟੀਆਂ ਵਿੱਚੋਂ 2 ਬੰਦੇ ਜਿਹੜੀ ਸੈਂਟਰਲ ਕਮੇਟੀ ਸੀ ਵੈਨਕੂਵਰ ਦੀ ਉਹਦੇ ਵਿੱਚ ਐਗਜ਼ੈਕਟਿਵ ਵਿੱਚ ਲੈ ਲਏ ਜਾਂਦੇ ਸੀ ਅਤੇ ਕੰਟਰੋਲ ਜਿਹੜਾ ਸੀ ਨਾ ਸਥਾਨਕ ਕਮੇਟੀ ਦੀ ਸਲਾਹ ਦੇ ਨਾਲ ਉਹਦੇ ਉੱਤੇ ਕੰਟਰੋਲ ਜਿਹੜਾ ਸੀਗਾ ਉਹ ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ 4 ਗੁਰਦੁਆਰਿਆਂ ਦਾ ਰੱਖ, ਜਿਵੇਂ ਸ਼੍ਰੋਮਣੀ ਕਮੇਟੀ ਦੇ ਅਧੀਨ ਸਾਰੇ ਗੁਰਦੁਆਰੇ ਨੇ ਨਾ, ਇਸ ਤਰੀਕੇ ਨਾਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਅਧੀਨ ਹੀ ਸਾਰੇ ਗੁਰਦੁਆਰੇ ਸੀ, ਪਰ ਸਥਾਨਕ ਕਮੇਟੀ ਨੂੰ ਪੂਰਾ ਮਾਣ ਅਤੇ ਸਤਿਕਾਰ ਜਿਹੜਾ ਸੀ ਦਿੱਤਾ ਜਾਂਦਾ ਸੀ ਔਰ ਉੱਥੋਂ ਦੇ 2 ਪ੍ਰਤੀਨਿਧ ਜਿਵੇਂ ਮੈਂ ਦੱਸਿਆ ਐਗਜ਼ੈਕਟਿਵ ਬੋਡੀ ਦੇ ਵਿੱਚ ਵੀ ਸ਼ਾਮਿਲ ਹੁੰਦੇ ਸਨ। ਤੋ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆਉਣ ਵਾਲੀ ਸ਼੍ਰੋਮਣੀ ਕਮੇਟੀ ਸੀਗੀ ਉਹ ਬਣਨ ਦੇ ਵਾਸਤੇ ਉਹਨਾਂ ਨੇ ਇੱਕ ਆਧਾਰ ਸ਼ਿਲਾ, ਇੱਕ ਨੀਂਹ ਜਿਹੜੀ ਸੀ ਉਹ ਤਿਆਰ ਕਰ ਦਿੱਤੀ, ਇੱਕ ਮਾਡਲ ਦੇ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਇਸ ਤਰ੍ਹਾਂ ਦੀ ਕਮੇਟੀ ਬਣਾਈ ਜਾ ਸਕਦੀ ਹੈ ਜੀ। ਔਰ ਫਿਰ ਜਦੋਂ ਸ਼੍ਰੋਮਣੀ ਕਮੇਟੀ ਬਣ ਜਾਂਦੀ ਹੈ ਨਾ, ਤੇ ਸ਼੍ਰੋਮਣੀ ਕਮੇਟੀ ਕਿਹੜੇ ਸਾਲ ਦੇ ਵਿੱਚ ਬਣਦੀ? ਸ਼੍ਰੋਮਣੀ ਕਮੇਟੀ 1920 ਦੇ ਸਾਲਾਂ ਵਿੱਚ ਫਿਰ ਆ ਕੇ ਬਣਦੀ ਹੈ। ਠੀਕ ਹੈ ਜੀ। ਜੋ ਸ਼੍ਰੋਮਣੀ ਕਮੇਟੀ ਬਣਦੀ ਹੈ ਤੇ ਉਸ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਬੋਡੀ ਸੀ ਜੀ ਉਸ ਵੇਲੇ ਜਿਹੜਾ ਭਾਈ ਮਿਤ ਸਿੰਘ ਪੰਡੋਰੀ ਸੀਗੇ ਉਹ ਖਾਲਸਾ ਦੀਵਾਨ ਸੁਸਾਇਟੀ ਦਾ ਜਿਹੜਾ ਸਿੱਖ ਟੈਂਪਲ ਸੀਗੇ ਉਹ ਉਹਦੇ ਉਦੋਂ ਉਹ ਗ੍ਰੰਥੀ ਸਨ। ਠੀਕ ਹੈ। ਭਾਈ ਮੇਵਾ ਸਿੰਘ ਜਦੋਂ ਸ਼ਹਾਦਤ ਪ੍ਰਾਪਤ ਕਰਦੇ ਨੇ ਉਦੋਂ ਵੀ ਉਹੀ ਸਨ ਗ੍ਰੰਥੀ ਅਤੇ ਉਹ ਲੰਬਾ ਸਮਾਂ ਗ੍ਰੰਥੀ ਰਹਿ ਰਹੇ ਅਤੇ ਉਹ ਜਿਹੜੇ ਭਾਈ ਮਿਤ ਸਿੰਘ ਪੰਡੋਰੀ ਵਾਲੇ ਸਨ ਨਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਬੋਡੀ ਦੇ ਵਿੱਚ ਵੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਤੀਨਿਧ ਦੇ ਵਜੋਂ ਸ਼ਾਮਿਲ ਕੀਤਾ ਗਿਆ ਸੀਗਾ। ਤੋ ਇਸ ਤਰੀਕੇ ਦੇ ਨਾਲ ਇੱਕ ਜਿਹੜੀ ਰਵਾਇਤ ਸੀ ਨਾ ਇਸ ਗੁਰਦੁਆਰੇ ਦੀ ਉਹ ਇੱਕ ਇਤਿਹਾਸਿਕ ਰਵਾਇਤ ਵੀ ਜਿਹੜੀ ਉਹ ਬਣਦੀ ਆ ਸਿੱਖ ਪੰਥ ਦੇ ਵਾਸਤੇ ਵੀ, ਗੁਰਦੁਆਰਾ ਜਿਹੜਾ ਉਹਨਾਂ ਦਾ ਪ੍ਰਬੰਧ ਗੁਰਦੁਆਰਾ ਚਲਾਉਣ ਵਾਸਤੇ ਉਹਦੇ ਵਾਸਤੇ ਵੀ ਮਾਰਗਦਰਸ਼ਨ ਦਾ ਕੰਮ ਕਰਦੀ ਆ ਔਰ ਹਿੰਦੂ ਸਿੱਖ ਅਤੇ ਮੁਸਲਿਮ ਏਕਤਾ ਦਾ ਇੱਕ ਜਿਹੜਾ ਖੂਬਸੂਰਤ ਇਤਫਾਕ ਦਾ ਜਿਹੜਾ ਜਲਾਓ ਸੀਗਾ ਉਹ ਜਿੰਨੀ ਖੂਬਸੂਰਤੀ ਨਾਲ ਇਸ ਗੁਰਦੁਆਰੇ ਦੇ ਵਿੱਚ ਪ੍ਰਗਟ ਹੋਇਆ ਔਰ ਜਿਸ ਤਰੀਕੇ ਦੇ ਨਾਲ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਇੱਥੇ ਅਨੇਕਾਂ ਸੰਘਰਸ਼ ਲੜੇ ਉਹਦੀ ਕਹਾਣੀ ਜਿਹੜੀ ਆ ਉਹ ਆਉਣ ਵਾਲੇ ਜਿਹੜਾ ਵੀ ਸਾਂਝੀ ਕੀਤੀ ਜਾ ਸਕਦੀ। ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਸਾਨੂੰ ਦੇ ਰਹੇ ਹੋ ਮੇਰੇ ਲਈ ਜਿਹੜੀ ਹੈ ਜੀ ਬਿਲਕੁਲ ਨਵੀਂ ਨਵਿਆਈ ਹੈ ਔਰ ਮੇਰੇ ਸਾਰੇ ਸਰੋਤਿਆਂ ਵਾਸਤੇ ਵੀ ਹੋ ਸਕਦਾ ਜਿਹਨੂੰ ਨਹੀਂ ਪਤਾ ਇਹ ਸਾਰੀ ਸਿੱਖ ਇਤਿਹਾਸ ਦੀ ਜਾਂ ਸਾਡੇ ਜਿਹੜੇ ਹੈ ਜੀ ਕੈਨੇਡੀਅਨ ਸੰਘਰਸ਼ ਦੀ ਜਿਹੜੀ ਕਹਾਣੀ ਹੈ ਤੁਹਾਡੇ ਵਾਸਤੇ ਵੀ ਨਵੀਂ ਹੋਏਗੀ। ਸੋ ਡਾਕਟਰ ਸਾਹਿਬ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸੋ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਇਤਿਹਾਸ ਦੀਆਂ ਆਪਾਂ ਜਾਰੀ ਰੱਖਾਂਗੇ ਪਰ ਅਗਲੇ ਪ੍ਰੋਗਰਾਮ ਤੱਕ। ਸੋ ਦੋਸਤੋ ਹੁਣ ਸਾਨੂੰ ਦਿਓ ਇਜਾਜ਼ਤ ਅਤੇ ਅਗਲੇ ਪ੍ਰੋਗਰਾਮ ਤੱਕ ਤੁਸੀਂ ਉਡੀਕ ਕਰਨੀ ਹੋਰ ਨਵੀਂ ਡੂੰਘੀ ਦਿਲਚਸਪ ਵੱਡਮੁੱਲੀ ਜਾਣਕਾਰੀ ਲੈ ਕੇ ਡਾਕਟਰ ਵਰਿਆਮ ਸਿੰਘ ਸੰਧੂ ਪ੍ਰਾਈਮ ਹਿਸਟਰੀ ਦੇ ਵਿੱਚ ਫਿਰ ਹਾਜ਼ਰ ਹੋਣਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਔਰ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਆ ਕੇ ਮੁੱਢਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਆ ਕੇ ਵਸੇ ਸੀਗੇ ਉਹਨਾਂ ਦੇ ਸੰਘਰਸ਼ ਦੀ ਕਹਾਣੀ ਜਿਹੜੀ ਆ ਉਹ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀ ਕਰਦੇ ਆ ਰਹੇ ਹਾਂ ਔਰ ਇਸ ਇਤਿਹਾਸ ਇਸ ਸੰਘਰਸ਼ ਦੀ ਕਹਾਣੀ ਉੱਪਰ ਸਾਡੇ ਉੱਪਰ ਚਾਤ ਪਾਉਣ ਵਾਸਤੇ ਡਾਕਟਰ ਵਰਿਆਮ ਸਿੰਘ ਸੰਧੂ ਸਟੂਡੀਓ ਦੇ ਵਿੱਚ ਹਾਜ਼ਰ ਹੁੰਦੇ ਨੇ ਔਰ ਪਿਛਲੇ ਪ੍ਰੋਗਰਾਮਸ ਦੇ ਵਿੱਚ ਸਾਨੂੰ ਇਹ ਦੱਸ ਚੁੱਕੇ ਨੇ ਕਿ ਇੱਥੇ ਆ ਕੇ ਸਾਡੇ ਭਾਰਤੀਆਂ ਨੇ ਕਿੰਨੀ ਲੰਬੀ ਘਾਲਣਾ ਕਾਲੀ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਵੀ ਕਰਨਾ ਪਿਆ ਔਰ ਫਿਰ ਉਹਨਾਂ ਨੇ ਆਪਣੇ ਕਾਰੋਬਾਰ ਸਥਾਪਿਤ ਕੀਤੇ। ਜ਼ਾਹਰ ਜੀ ਗੱਲ ਹੈ ਜੀ ਜਦੋਂ ਆਪਾਂ ਪੈਸੇ ਧੇਲੇ ਵੱਲੋਂ ਥੋੜ੍ਹੇ ਜਿਹੇ ਸੁਖਾਲੇ ਹੋ ਜਾਂਦੇ ਹਾਂ ਔਰ ਫਿਰ ਆਪਾਂ ਨੂੰ ਜਿਹੜਾ ਪਰਿਵਾਰ ਦਾ ਉਦਰੇਮ ਆ ਉਹ ਵੀ ਮਾਰਨ ਲੱਗ ਪੈਂਦਾ ਹੈ ਔਰ ਅੰਦਰੋਂ ਕਿਤੇ ਨਾ ਕਿਤੇ ਸਾਡੀ ਖਾਹਿਸ਼ ਹੁੰਦੀ ਹੈ ਕਿ ਸਾਡਾ ਜਿਹੜਾ ਪਰਿਵਾਰ ਆ ਸਾਡੇ ਨਾਲ ਇੱਥੇ ਜੁੜੇ ਔਰ ਸਾਡੇ ਰਿਸ਼ਤੇਦਾਰ ਨੇ ਉਹ ਵੀ ਇਹਨਾਂ ਮੁਲਕਾਂ ਦੇ ਵਿੱਚ ਆਉਣ ਅਤੇ ਸੌਖੀ ਜ਼ਿੰਦਗੀ ਜਿਹੜੀ ਆ ਜੀ ਜਿਉਣ। ਸੋ
पर उस वेले कनेडियन सरकार ने कुछ एहोजे कानून पास कर दिते जिन्हां दे नाल भारतीयां दा कैनेडा दे विच आउणा लगभग असंभव हो गया। ते फिर जिहड़ा जी खालसा दीवान सुसाइटी जिहड़ी उन्हां ने सिख टैंपल जिहड़ा जी वैनकूवर दे विच उह स्थापित कीता, उस तों बाद जिहड़े गुरद्वारे ने उह फिर सरी एब्सफोर्ड होर जिहड़े शहरां दे विच वी खुल्हणे शुरू हो गए, जिथे हरेक भाईचारे दे लोक जी हिंदू मुसलमान और सिख वीर इकट्ठे हुंदे और अपने दुख सुख सांझे करदे, उन्हां दा इलाज लभदे। सो इत्थों तक आपां पहुंचे सीगे डॉक्टर वरियाम सिंह संधू हुणां कोल। अगों आपां जाणदे हां कि किस तरहां दे हल उन्हां ने लब्भे जदों कैनेडियन गौरमेंट ने उन्हां दे उपर इन्नियां ज़्यादा जिहड़ी असीं शिकंजे कस ले, ते फिर उन्हां ने अपणियां इन्हां दुशवारियां दे हल किवें लब्भे। सो सब तों पहलां तां डॉक्टर वरियाम सिंह संधू दा प्राइम एशिया दे स्टूडियो दे विच आपां स्वागत करदे हां। सो डॉक्टर साहब, तुहाडा बहुत बहुत स्वागत है जी प्राइम एशिया दे स्टूडियो दे विच। बहुत बहुत शुक्रिया डॉक्टर साहब। सानूं दसो कि सिख टैंपल जदों स्थापित कर लिया गया खालसा दीवान सुसाइटी ने, तां उत्थे सारे धर्मां दे सारे भाईचारे दे लोक जिहड़े इकट्ठे हुंदे सीगे और अपणियां दुख तकलीफां दा हल लभदे सीगे, और किवें उहनां ने कैनेडियन सरकार दे इन्हां सख्त कानूनां दे खिलाफ लड़ना शुरू कीता जी? जिवें तुसीं जिक्र कर रहे हो कि खालसा दीवान सुसाइटी वालों वालों जिहड़ा गुरद्वारा सिख टैंपल बनाया गया और चार गुरद्वारे जिहड़े होर भी बनाए गए सीगे एब्सफोर्ड दे विच, विक्टोरिया दे विच, न्यू वेस्टमिनिस्टर दे विच जी, ये सारे खालसा दीवान सुसाइटी वैनकूवर दे अंडर ही काम करते पे सन। और इत्थे खास तौर पर जिहड़ा वैनकूवर वाला गुरद्वारा सीगा उहदे विच हिंदू सिख ते मुसलमान सारे इकट्ठे हो के अपने ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਂਝੇ ਮਸਲਿਆਂ ਨੂੰ ਵਿਚਾਰਦੇ ਸਨ, ਸਾਂਝੇ ਮਸਲੇ ਜਿਹੜੇ ਸਨ ਵਿਚਾਰਨ ਵਾਲੇ ਉਹ ਲਗਭਗ ਮੋਟੇ ਤੌਰ 'ਤੇ ਉਸ ਵੇਲੇ ਦੋ ਹੀ ਸਨ ਜੀ। ਇੱਕ ਤਾਂ ਸੀ ਕਿ ਜਿਹੜਾ ਇਹ ਕਾਨੂੰਨ ਬਣਾ ਦਿੱਤਾ ਗਿਆ ਜਿਨ ਆਰਡਰ ਐਂਡ ਕੌਂਸਲ ਜਿਹੜਾ ਪਹਿਲਾਂ 1908 ਦੇ ਵਿੱਚ ਬਣਾਇਆ ਗਿਆ ਸੀ ਕਿ ਆਪਣੇ ਮੁਲਕ ਤੋਂ ਜਿੱਥੋਂ ਦਾ ਕੋਈ ਬੰਦਾ ਨਾਗਰਿਕ ਹੈਗਾ ਜਾਂ ਜਿੱਥੋਂ ਦਾ ਕੋਈ ਬਸ਼ਿੰਦਾ ਹੈਗਾ ਆ ਉੱਥੋਂ ਜਹਾਜ਼ ਉੱਤੇ ਬੈਠ ਕੇ ਸਿੱਧੀ ਕੈਨੇਡਾ ਦੀ ਟਿਕਟ ਲੈ ਕੇ ਬਿਨਾਂ ਰਸਤੇ ਵਿੱਚ ਰੁਕਿਆ ਕੈਨੇਡਾ ਦੇ ਤੱਟ ਉੱਤੇ ਜੇ ਪਹੁੰਚੇਗਾ ਤਾਂ ਉਹਨੂੰ ਪਹੁੰਚਣ ਦੀ ਜਾਂ ਉੱਥੇ ਉਤਰਨ ਦੀ ਆਗਿਆ ਹੋਵੇਗੀ, ਦੂਜੇ ਨੂੰ ਇਹ ਆਗਿਆ ਨਹੀਂ ਹੋਵੇਗੀ ਜੀ। ਤਾਂ ਇਹਦੇ ਨਾਲ ਭਾਰਤੀਆਂ ਦਾ ਜਿਹੜਾ ਦਾਖਲਾ ਸੀਗਾ ਉਹ ਕੈਨੇਡਾ ਦੇ ਵਿੱਚ ਲਗਭਗ ਬੰਦ ਹੋ ਗਿਆ, ਕਿਉਂਕਿ ਕੋਈ ਵੀ ਜਹਾਜ਼ ਸਿੱਧਾ ਜਿਹੜਾ ਸੀਗਾ ਉਹ ਕਲਕੱਤੇ ਤੋਂ ਜਾਂ ਭਾਰਤ ਤੋਂ ਕੈਨੇਡਾ ਨੂੰ ਨਹੀਂ ਸੀ ਆਉਂਦਾ। ਤੋ ਇਸ ਸਥਿਤੀ ਵਿੱਚ ਇੱਕ ਤਾਂ ਇਹ ਸੀ ਕਿ ਇਸ ਸਿੱਧੇ ਕਾਨੂੰਨ ਦੀ ਜਿਹੜੀ ਬੰਦਿਸ਼ ਆ ਜੀ ਉਹਨੂੰ ਤੁੜਵਾਇਆ ਜਾਵੇ, ਦੂਜੀ ਗੱਲ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਬੜੀ ਸੁਭਾਵਿਕ ਜਿਹੀ ਗੱਲ ਹੈ ਕਿ ਜਦੋਂ ਸਾਡੇ ਲੋਕਾਂ ਨੇ ਚੰਗੀ ਕਮਾਈ ਕਰ ਲਈ, ਕਾਰੋਬਾਰ ਸਥਾਪਿਤ ਕਰ ਲਿਆ ਔਰ ਉਹਨਾਂ ਦਿਨਾਂ ਦੇ ਵਿੱਚ ਰਿਕਾਰਡ ਦੇ ਮੁਤਾਬਕ ਇਹ ਹੈਗਾ ਕਿ ਲਗਭਗ ਵਿਕਟੋਰੀਆ ਵਿੱਚ ਉਹਨਾਂ ਦੇ $300,000 ਦੀ ਉਹਨਾਂ ਦੇ ਕੋਲ ਜਾਇਦਾਦ ਸੀ ਜੀ, ਵੈਨਕੂਵਰ ਵਿੱਚ $200,000 ਦੀ ਜਾਇਦਾਦ ਸੀ, ਰਾਮ ਸਿੰਘ ਤੋਂ ਲੇਤਾ ਇੱਕ ਸਾਡੇ ਪ੍ਰਵਾਸੀ ਕੈਨੇਡੀਅਨ ਸਨ, ਬਾਅਦ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋਈ ਸੀਗੀ ਔਰ ਉਹਨਾਂ ਨੇ ਉਸ ਵੇਲੇ ਪੰਡਿਤ ਰਾਮ ਚੰਦ ਜਿਹੜਾ ਸੀਗਾ ਉਹਨੂੰ ਗੋਲੀ ਮਾਰੀ ਸੀ ਅਦਾਲਤ ਦੇ ਵਿੱਚ ਕਿਉਂਕਿ ਉਹ ਗਦਾਰੀ ਕਰ ਗਿਆ ਸੀ, ਔਰ ਉੱਥੇ ਜਿਹੜਾ ਪੁਲਿਸ ਦਾ ਸਰਜੈਂਟ ਸੀ ਉਹਨੇ ਰਾਮ ਸਿੰਘ ਧਲੇਤੇ ਨੂੰ ਕੋਰਟ ਦੇ ਵਿੱਚ ਹੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਖੈਰ ਇਹ ਵੱਖਰੀਆਂ ਗੱਲਾਂ ਨੇ। ਤੋ ਰਾਮ ਸਿੰਘ ਧਲੇਤਾ ਜਿਹੜਾ ਸੀਗਾ ਉਹ ਬਹੁਤ ਵੱਡੀ ਅਸਾਮੀ ਸੀ ਔਰ ਲਗਭਗ ਉਹਦੇ ਕੋਲ $75,000 ਦੀ ਉਸ ਵੇਲੇ ਜਾਇਦਾਦ ਸੀਗੀ ਜੀ। ਤੋ ਇਸ ਸਥਿਤੀ ਵਿੱਚ ਉਹਨਾਂ ਦਾ ਦਿਲ ਕਰਦਾ ਸੀ ਕਿ ਉਹ ਆਏ ਤਾਂ ਇਕੱਲੇ ਇਕੱਲੇ ਸਨ ਪਹਿਲਾਂ ਕਮਾਈ ਕਰਨ ਦੇ ਵਾਸਤੇ, ਉਹਨਾਂ ਦਿਲ ਕਰਦਾ ਕਿ ਸਾਡੇ ਪਰਿਵਾਰ ਵੀ ਸਾਡੇ ਕੋਲ ਆਉਣ, ਅਤੇ ਦੂਜਾ ਜਿਹੜਾ ਮਤਲਬ ਵੱਡਾ ਮਸਲਾ ਸੀ ਉਹ ਸੀ ਆਪਣੇ ਪਰਿਵਾਰਾਂ ਨੂੰ, ਆਪਣੀਆਂ ਪਤਨੀਆਂ ਨੂੰ, ਆਪਣੇ ਬੱਚਿਆਂ ਨੂੰ ਇੱਥੇ ਕਿਵੇਂ ਬੁਲਾਇਆ ਜਾਵੇ ਜੀ। ਪਰ ਕਾਨੂੰਨ ਜਿਹੜਾ ਸੀਗਾ ਉਹ ਬਹੁਤ ਸਖਤ ਸੀਗਾ, ਉਹਨਾਂ ਦਾ ਆਉਣਾ ਜਿਵੇਂ ਆਪਾਂ ਜ਼ਿਕਰ ਕਰ ਚੁੱਕੇ ਕਿ ਸੰਭਵ ਵੀ ਨਹੀਂ ਸੀ ਹੈਗਾ। ਅੱਛਾ, ਮੈਂ ਤੁਹਾਨੂੰ ਇਹ ਕਾਨੂੰਨ ਦੇ ਬਾਰੇ ਵੀ ਇਹ ਗੱਲ ਦੱਸਣੀ ਚਾਹਾਂਗਾ ਕਿ ਜ਼ਾਹਰਾ ਤੌਰ ਉੱਤੇ ਤਾਂ ਇਹ ਕਾਨੂੰਨ ਜਿਹੜਾ ਸੀ ਨਾ ਇਹ ਲੱਗਦਾ ਸੀ ਵੀ ਜਿਵੇਂ ਸਾਰੇ ਲੋਕਾਂ ਵਾਸਤੇ ਬਣਾਇਆ ਗਿਆ, ਸਾਰੇ ਮੁਲਕਾਂ ਦੇ ਲੋਕਾਂ ਵਾਸਤੇ ਬਣਾਇਆ ਗਿਆ ਵੀ ਆਪਣੇ ਮੁਲਕ ਤੋਂ ਸਿੱਧਾ ਜਹਾਜ਼ 'ਤੇ ਬੈਠ ਕੇ ਆਵੇ ਜੀ ਅਤੇ ਸਿੱਧਾ ਕੈਨੇਡਾ ਦੇ ਤੱਟ ਦੇ ਉੱਤੇ ਆ ਕੇ ਉਤਰੇ ਜੀ। ਪਰ ਹਕੀਕਤ 'ਚ ਇਹ ਸੀ ਕਿ ਇਹ ਇੰਡੀਅਨਸ ਦੇ ਵਾਸਤੇ ਸੀਗਾ, ਕਿਉਂਕਿ ਇਹ ਜਿਹੜਾ ਉਸ ਵੇਲੇ ਦਾ ਸਭ ਤੋਂ ਭਾਰਤੀਆਂ ਦਾ ਵੱਡਾ ਵਿਰੋਧੀ ਸੀਗਾ ਵੈਨਕੂਵਰ ਦਾ ਮੈਂਬਰ ਪਾਰਲੀਮੈਂਟ ਜੀ ਐਚ ਸਟੀਵਨਸਨ, ਉਹ ਇਹ ਕਹਿੰਦਾ ਹੈ ਕਿ ਕਾਨੂੰਨ ਬਣਾਉਣ ਵਾਲੇ ਮੰਤਰੀ ਨੂੰ ਇਸ ਗੱਲ ਦਾ ਬਹੁਤ ਭਲੀ ਭਾਂਤੀ ਗਿਆਨ ਸੀਗਾ ਜੀ ਕਿ
ਕੋਈ ਵੀ ਇਹੋ ਜਿਹਾ ਜਹਾਜ਼ ਨਹੀਂ ਹੈਗਾ, ਕੋਈ ਕੰਪਨੀ ਜਹਾਜ਼ ਇਹੋ ਜਿਹਾ ਨਹੀਂ ਚਲਾਉਂਦੀ ਜਿਹੜੀ ਕਲਕੱਤੇ ਤੋਂ ਲੈ ਕੇ, ਇੰਡੀਆ ਤੋਂ ਲੈ ਕੇ ਕੈਨੇਡਾ ਤੱਕ ਮੁਸਾਫਰਾਂ ਨੂੰ ਲੈ ਕੇ ਆਵੇ। ਉਹਨੂੰ ਪਤਾ ਸੀ ਇਸ ਗੱਲ ਦਾ, ਪਰ ਇਹਦੇ ਬਾਵਜੂਦ ਉਹਨਾਂ ਨੇ ਕਾਨੂੰਨ ਬਣਾਇਆ, ਕਾਨੂੰਨ ਸਾਨੂੰ ਰੋਕਣ ਵਾਸਤੇ ਬਣਾਇਆ। ਪਰ ਵੈਸੇ ਡਾਕਟਰ ਸਾਹਿਬ ਵੇਖਿਆ ਜਾਵੇ ਕਿੰਨਾ ਬਚਕਾਨਾ ਕਾਨੂੰਨ ਹੈ, ਉਹਦੇ ਵਿੱਚ ਜੇ ਕਿਸੇ ਕੰਟਰੀ ਤੋਂ ਤੁਸੀਂ ਸਿੱਧਾ ਨਹੀਂ ਵੀ ਆਉਂਦੇ, ਕਿਸੇ ਹੋਰ ਦੇਸ਼ ਦੇ ਜ਼ਰੀਏ ਵੀ ਕੈਨੇਡਾ ਪਹੁੰਚਦੇ ਹੋ, ਉਹਦੇ 'ਚ ਫਿਰ ਕੋਈ ਹਰਜ਼ ਵੀ ਕੀ ਹੈ? ਨਹੀਂ ਦੇਖੋ, ਇਹ ਤਾਂ ਜ਼ਹਰਾ ਬੇਇਨਸਾਫੀ ਸੀ ਨਾ। ਬਿਲਕੁਲ, ਇਸ ਬੇਇਨਸਾਫੀ ਦਾ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਜੀ। ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਰੂਸੀ ਜੀ ਅਤੇ ਇੱਕ ਫਰੈਂਚ, ਠੀਕ ਹੈ, ਉਹ ਜਹਾਜ਼ ਉੱਤੇ ਜਪਾਨ ਤੋਂ ਚੜ੍ਹੇ, ਠੀਕ ਹੈ ਜੀ, ਅਤੇ ਜਪਾਨ ਤੋਂ ਚੜ੍ਹ ਕੇ ਕੈਨੇਡਾ ਆਏ ਜੀ। ਵੈਨਕੂਵਰ ਜਦੋਂ ਪਹੁੰਚੇ ਜੀ, ਹੁਣ ਜ਼ਹਰਾ ਉਹ ਆਪਣੀ ਧਰਤੀ ਤੋਂ ਸਿੱਧਾ ਜਹਾਜ਼ ਵਿੱਚ ਬੈਠ ਕੇ ਅਤੇ ਕੈਨੇਡਾ ਨਹੀਂ ਸਨ ਪਹੁੰਚੇ। ਬਿਲਕੁਲ, ਤਾਂ ਉਹ ਜਿਹੜੇ ਕੁਝ ਅਫਸਰ ਜਿਹੜੇ ਹੁੰਦੇ ਨੇ ਨਾ, ਉਹ ਲਿਖਤੀ ਕਾਨੂੰਨ ਨੂੰ ਜਿੱਦਾਂ ਆਪਾਂ ਕਹਿੰਦੇ ਨਾ ਮੱਖੀ 'ਤੇ ਮੱਖੀ ਮਾਰਨ ਵਾਲੀ ਗੱਲ, ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਆਪਣੇ ਮੁਲਕ ਤੋਂ ਸਿੱਧੇ ਜਹਾਜ਼ ਉੱਤੇ ਬੈਠ ਕੇ ਅਤੇ ਇੱਥੇ ਬਿਨਾਂ ਰੁਕਿਆ ਨਹੀਂ ਗਿਆ ਹੈ, ਇਸ ਕਰਕੇ ਤੁਹਾਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈਗੀ, ਤੁਹਾਨੂੰ ਉੱਤਰ ਨਹੀਂ ਦਿੱਤਾ ਜਾਊਗਾ। ਠੀਕ ਹੈ, ਉਹ ਫਿਰ ਬੰਦੇ ਜਿਹੜੇ ਸੀਗੇ ਉਹ ਰੂਸੀ ਅਤੇ ਫਰੈਂਚ ਉਹ ਅਗਲੇ ਪਾਸੇ ਅਮੈਰੀਕਾ 'ਚ ਚਲੇ ਗਏ ਅਤੇ ਉੱਥੇ ਜਾ ਕੇ ਉਤਰੇ। ਜਦੋਂ ਮਤਲਬ ਇਸ ਗੱਲ ਦਾ ਪਤਾ ਉੱਚ ਅਧਿਕਾਰੀਆਂ ਨੂੰ, ਇਮੀਗ੍ਰੇਸ਼ਨ ਵਾਲਿਆਂ ਨੂੰ, ਕੈਨੇਡਾ ਦਿਆਂ ਨੂੰ ਲੱਗਾ, ਅਤੇ ਉਸ ਵੇਲੇ ਜਿਹੜਾ ਇਮੀਗ੍ਰੇਸ਼ਨ ਦਾ ਸੁਪਰਡੈਂਟ ਸੀ ਨਾ ਮਿਸਟਰ ਡਬਲਯੂ ਏ ਸਕਾਟ ਜੀ, ਉਹਨੇ ਇੱਕ ਗਸ਼ਤੀ ਪੱਤਰ, ਇੱਕ ਚਿੱਠੀ ਜਿਹੜੀ ਸੀ ਜੀ, ਉਹ ਲਿਖੀ ਸਾਰੇ ਇਮੀਗ੍ਰੇਸ਼ਨ ਅਫਸਰਾਂ ਨੂੰ ਜਿਹੜੀਆਂ ਵੱਖ ਵੱਖ ਬੰਦਰਗਾਹਾਂ ਸੀ, ਉਸ ਚਿੱਠੀ ਵਿੱਚ ਲਿਖ ਕੇ ਉਹਨੇ ਕਿਹਾ ਕਿ ਇਹ ਜਿਹੜਾ ਕਾਨੂੰਨ ਆ ਨਾ, ਇਹ ਕਾਨੂੰਨ ਅਸਲ ਵਿੱਚ ਅਣਚਾਹੇ ਬੰਦਿਆਂ ਨੂੰ ਕੈਨੇਡਾ ਵਿੱਚ ਵੜਨੋਂ ਰੋਕਣ ਵਾਸਤੇ ਆ ਜੀ, ਅਤੇ ਉਹ ਅਣਚਾਹੇ ਬੰਦੇ ਕੌਣ ਨੇ, ਇਹ ਤਾਂ ਫੈਸਲਾ ਇਮੀਗ੍ਰੇਸ਼ਨ ਅਫਸਰ ਜਿਹੜਾ ਹੁੰਦਾ ਨਾ ਕਿਸੇ ਵੀ ਬੰਦਰਗਾਹ ਦਾ, ਉਹ ਮੌਕੇ ਉੱਤੇ ਆਪ ਲੈ ਸਕਦਾ। ਮਤਲਬ ਉਹਨਾਂ ਦਾ ਇਹ ਸੀ, ਇਸ਼ਾਰੇ ਨਾਲ ਉਹਨਾਂ ਨੇ ਸਮਝਾ ਦਿੱਤਾ ਕਿ ਭਾਈ ਇਹ ਕਾਨੂੰਨ ਭਾਵੇਂ ਸਾਰਿਆਂ ਵਾਸਤੇ ਜ਼ਾਹਰਾ ਤੌਰ 'ਤੇ ਦਿਸਦਾ, ਪਰ ਹੈਗਾ ਇੰਡੀਅਨਸ ਦੇ ਵਾਸਤੇ, ਕਿਉਂਕਿ ਅਣਚਾਹੇ ਬੰਦੇ ਜਿਹੜੇ ਨੇ ਨਾ ਉਹ ਇੰਡੀਅਨਸ ਨੇ, ਅਤੇ ਇਸ ਕਰਕੇ ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਇੰਡੀਅਨਸ ਨੂੰ ਨਹੀਂ ਉਤਰਨ ਦੇਣਾ, ਪਰ ਦੂਜੇ ਬੰਦੇ ਜਿਹੜੇ ਨੇ ਜਾਂ ਫਰੈਂਚ ਜਾਂ ਰੂਸੀ ਜਿਹੜੇ ਹੁਣ ਆਏ ਸੀ ਨਾ ਇਸ ਤਰ੍ਹਾਂ ਦੇ ਯੂਰਪੀਅਨ ਲੋਕ ਜਿਹੜੇ ਨੇ, ਉਹਨਾਂ ਨੂੰ ਉਤਰਨ ਦੇਣ ਦਾ ਅਧਿਕਾਰ ਤੁਹਾਡੇ ਕੋਲ ਹੈਗਾ। ਅਤੇ ਜ਼ਾਹਰ ਤੌਰ 'ਤੇ ਜਿਵੇਂ ਤੁਸੀਂ ਕਿਹਾ ਕਿ ਨਹੀਂ ਇਹ ਬਚਕਾਨਾ ਗੱਲ ਨਹੀਂ, ਬਚਕਾਨਾ ਨਾਲ ਹੋਇਆ ਕਿ ਇਹ ਸ਼ਰਾਰਤੀ ਗੱਲ ਸੀਗੀ, ਬੜੀ ਸ਼ਾਤਰਾਨਾ ਚਾਲ ਸੀਗੀ, ਔਰ ਇਹ ਚਾਲ ਜਿਹੜੀ ਸੀਗੀ ਚੱਲ ਕੇ ਕੈਨੇਡੀਅਨ ਸਰਕਾਰ ਜਿਹੜਾ ਸੀ ਉਹ ਸਾਡਾ ਦਾਖਲਾ ਇੱਥੇ ਬੰਦ ਕਰਨਾ ਚਾਹੁੰਦੀ ਸੀਗੀ। ਤਾਂ ਇਹ ਜਿਹੜਾ ਆਪਾਂ ਜ਼ਿਕਰ ਕੀਤਾ ਸੀ ਪਿੱਛੇ ਕਿ ਜਿਹੜਾ ਉਹ ਆਜ਼ਾਦੀ ਬਰਾਬਰੀ ਅਤੇ ਭਾਈਚਾਰੇ ਦਾ ਨਾਅਰਾ ਲਾਉਂਦੇ ਸੀ, ਇਹਦਾ ਖੋਖਲਾਪਣ ਜਿਹੜਾ ਉਹ ਇਹਨਾਂ ਗੱਲਾਂ ਤੋਂ ਪ੍ਰਗਟ ਹੁੰਦਾ। ਡਾਕਟਰ ਸਾਹਿਬ, ਗੱਲਾਂਬਾਤ ਤਾਂ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਦੋਸਤੋ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਪਰਤਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਡਾਕਟਰ ਵਰਿਆਮ ਸਿੰਘ ਸੰਧੂ ਨਾਲ ਹੋਰ ਆਪਣੇ ਇਤਿਹਾਸ ਬਾਰੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਇਤਿਹਾਸ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਵਰਿਆਮ ਸਿੰਘ ਸੰਧੂ ਸਟੂਡੀਓ ਵਿੱਚ ਹਾਜ਼ਰ ਨੇ। ਗੱਲਬਾਤ ਆਪਾਂ ਕਰ ਰਹੇ ਸੀਗੇ ਕਿ ਭਾਰਤੀ ਜਿਹੜੇ ਸਾਡੇ ਜਦੋਂ ਕੈਨੇਡਾ ਦੇ ਵਿੱਚ ਮੁੱਢਲੇ ਦਿਨਾਂ ਦੇ ਵਿੱਚ ਆਏ ਤਾਂ ਇੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਉਹਨਾਂ ਦਾ ਆਉਣਾ ਲਗਭਗ ਬੰਦ ਕਰ ਦਿੱਤਾ ਗਿਆ, ਦਾਖਲੇ 'ਤੇ ਬਿਲਕੁਲ ਪਾਬੰਦੀ ਸੀਗੀ, ਔਰ ਉਸ ਕਾਨੂੰਨ ਬਾਰੇ ਡਾਕਟਰ ਸਾਹਿਬ ਦੱਸ ਰਹੇ ਸੀ। ਨਾਲ ਦੀ ਨਾਲ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਇੱਕ ਨੁਕਤੇ ਬਾਰੇ ਜੇ ਆਪਾਂ ਗੱਲ ਕਰੀਏ ਕਿ ਜਦੋਂ ਇੱਕ ਤਾਂ ਉਹਨਾਂ ਦਾ ਜਿਹੜਾ ਸੀਗਾ ਜੀ ਦਾਖਲਾ ਬੰਦ ਹੋ ਗਿਆ, ਦੂਸਰੇ ਜਿਹੜੇ ਪਹਿਲਾਂ ਪ੍ਰਵਾਸੀ ਇੱਥੇ ਰਹਿ ਰਹੇ ਸੀਗੇ, ਜਿੰਨਾ ਤੁਸੀਂ ਦੱਸਿਆ ਕਿ ਉਹਨਾਂ ਨੇ ਆਪਣੀਆਂ ਜਾਇਦਾਦਾਂ ਵੀ ਬਣਾ ਲਈਆਂ ਸੀ, ਕਾਰੋਬਾਰ ਦੇ ਵਿੱਚ ਵੀ ਜਿਹੜੇ ਸੀ ਸੈਟਲਡ ਹੋ ਗਏ ਸੀਗੇ, ਅਤੇ ਫਿਰ ਉਹਨਾਂ ਦੀ ਇੱਛਾ ਸੀਗੀ ਭਾਈ ਹੁਣ ਸਾਡਾ ਪਰਿਵਾਰ, ਸਾਡੀਆਂ ਪਤਨੀਆਂ, ਸਾਡੇ ਬੱਚੇ ਵੀ ਸਾਡੇ ਕੋਲ ਇੱਥੇ ਆ ਜਾਣ। ਹੁੰਦੀ ਹੈ ਜੀ ਨੈਚੁਰਲੀ, ਇਹ ਕੁਦਰਤੀ ਗੱਲ ਹੈ। ਅਤੇ ਫਿਰ ਇਸ ਨੁਕਤੇ ਦੇ ਹਵਾਲੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਕਿ ਇਹ ਫਿਰ ਕਿਵੇਂ ਸੰਭਵ ਹੋ ਸਕਿਆ ਕਿ ਉਹਨਾਂ ਦੇ ਪਰਿਵਾਰ ਕਿਵੇਂ ਫਿਰ ਇੱਥੇ ਆਉਣੇ ਜਿਹੜੇ ਅਜੀ ਸ਼ੁਰੂ ਹੋਏ? ਦੇਖੋ, ਇਹ ਦੋਵੇਂ ਗੱਲਾਂ ਜੁੜਦੀਆਂ ਨੇ। ਪਰਿਵਾਰ ਆਉਣੇ ਸ਼ੁਰੂ ਹੋਏ ਨਹੀਂ ਸੀਗੇ ਜੀ, ਜਦੋਂ ਉਹਨਾਂ ਦਾ ਆਉਣਾ ਹੀ ਬੰਦ ਹੋ ਗਿਆ, ਅਤੇ ਪਰਿਵਾਰਾਂ ਦਾ ਤਾਂ ਆਉਣਾ ਆਪਣੇ ਆਪ ਵੀ ਸੰਭਵ ਨਹੀਂ ਸੀ ਹੈਗਾ। ਠੀਕ ਹੈ ਜੀ। ਤੋ ਇਹ ਜ਼ਰੂਰ ਹੈਗਾ ਕਿ ਸਾਡੇ ਲੋਕਾਂ ਨੇ ਇਹ ਯਤਨ ਨਹੀਂ ਛੱਡਿਆ। ਠੀਕ ਹੈ, ਕੋਸ਼ਿਸ਼ਾਂ ਉਹਨਾਂ ਨੇ ਜਾਰੀ ਰੱਖੀਆਂ। ਦੋ ਤਰ੍ਹਾਂ ਦੇ ਉਸ ਵੇਲੇ ਸਾਡੇ ਲੋਕ ਸਨ ਜਿੱਥੇ ਕੈਨੇਡਾ ਦੇ ਵਿੱਚ, ਜਿਹੜੇ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਸਨ। ਇੱਕ ਧੜਾ ਤਾਂ ਸੀ ਜਿਹੜਾ ਸਰਕਾਰ ਦੇ ਨਾਲ ਮਿਲ ਮਿਲਾ ਕੇ ਚੱਲਣ ਵਾਲਾ ਸੀਗਾ,
ਅਰਜ਼ੀਆਂ ਤੇ ਪਰਚੀਆਂ ਤੇ ਬੇਨਤੀਆਂ ਕਰਕੇ ਉਹਨਾਂ ਅੱਗੇ ਦਰਖਾਸਤਾਂ ਕਰਕੇ ਆਪਣੇ ਹੱਕਾਂ ਦੀ ਜਿਹੜੀ ਆ ਉਹ ਆਵਾਜ਼ ਉਠਾਉਂਦਾ ਸੀਗਾ ਕਿ ਸਾਡੇ ਇਹ ਹੱਕ ਬਣਦੇ ਨੇ ਅਤੇ ਸਾਨੂੰ ਇਹ ਹੱਕ ਦੇਣੇ ਚਾਹੀਦੇ ਨੇ। ਦੂਜਾ ਸੀਗਾ ਜਿਹੜੇ ਕੈਨੇਡਾ ਸਰਕਾਰ ਅਤੇ ਬਰਤਾਨਵੀ ਸਰਕਾਰ ਦੀ ਜਿਹੜੀ ਨੀਤੀ ਸੀਗਾ ਉਸ ਨੀਤੀ ਨੂੰ ਉਹ ਚੰਗੀ ਤਰ੍ਹਾਂ ਸਮਝ ਚੁੱਕੇ ਸੀ ਅਤੇ ਉਹ ਭਰਮ ਮੁਕਤ ਹੋ ਚੁੱਕੇ ਸੀ ਇਸ ਗੱਲ ਤੋਂ ਕਿ ਸਾਡੀਆਂ ਜਿਹੜੀਆਂ ਇਹਨਾਂ ਕੋਲ ਕੀਤੀਆਂ ਹੋਈਆਂ ਸ਼ਿਕਾਇਤਾਂ ਨੇ, ਕੀਤੇ ਹੋਏ ਨਿਵੇਦਨ ਨੇ, ਕੀਤੀਆਂ ਹੋਈਆਂ ਬੇਨਤੀਆਂ ਨੇ, ਇਹਨਾਂ ਦਾ ਇਹਨਾਂ ਉੱਤੇ ਕੋਈ ਅਸਰ ਹੋਣ ਵਾਲਾ ਨਹੀਂ ਹੈਗਾ। ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਾਨੂੰ ਇਹ ਚਾਹੀਦਾ ਆ ਕਿ ਅਸੀਂ ਆਪਣੇ ਤੌਰ 'ਤੇ ਕੋਸ਼ਿਸ਼ ਕਰੀਏ ਜੀ ਆਪਣੇ ਪਰਿਵਾਰਾਂ ਨੂੰ ਲਿਆਉਣ ਦੀ ਇੱਥੇ, ਕਿਉਂਕਿ ਕੈਨੇਡਾ ਦਾ ਕਾਨੂੰਨ ਇਹ ਗੱਲ ਕਹਿੰਦਾ ਇਹ ਕਿ ਜਦੋਂ ਕੋਈ ਬੰਦਾ ਇੱਥੇ ਆ ਕੇ 3 ਸਾਲ ਰਹਿ ਲੈਂਦਾ ਇਸ ਧਰਤੀ ਉੱਤੇ ਜੀ, ਉਸ ਵੇਲੇ ਇਹ ਕਾਨੂੰਨ ਸੀਗਾ ਠੀਕ ਹੈ ਕਿ 3 ਸਾਲਾਂ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਇੱਥੇ ਮੰਗਵਾ ਸਕਦਾ। ਠੀਕ ਹੈ, ਅਤੇ ਸਾਡੇ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਬੰਦਾ ਤਜਰਬਾ ਕਰਕੇ ਦੇਖੇ ਜੀ, ਅਤੇ ਫਿਰ ਜੇ ਇਹ ਗੱਲ ਸਾਡੀ ਨਹੀਂ ਮੰਨੀ ਜਾਵੇਗੀ ਤਾਂ ਅਸੀਂ ਕੋਰਟ ਵਿੱਚ ਜਾ ਸਕਦੇ ਹਾਂ, ਅਦਾਲਤ ਵਿੱਚ ਜਾ ਸਕਦੇ ਹਾਂ, ਔਰ ਅਦਾਲਤ ਵਿੱਚ ਜਾ ਕੇ ਅਤੇ ਅਸੀਂ ਆਪਣਾ ਕੇਸ ਲੜ ਸਕਦੇ ਹਾਂ ਅਤੇ ਸ਼ਾਇਦ ਸਾਨੂੰ ਇਸ ਗੱਲ ਦੀ ਆਗਿਆ ਮਿਲ ਜਾਵੇ ਕਿ ਸਾਡੇ ਪਰਿਵਾਰ ਜਿਹੜੇ ਨੇ ਉਹ ਅਦਾਲਤ ਕਹੇ ਕਿ ਤੁਸੀਂ ਇੱਥੇ ਲਿਆ ਸਕਦੇ ਹੋ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਇਤਿਹਾਸ ਵਿੱਚ ਸਾਡੇ 'ਚ ਜ਼ਿਕਰ ਆਉਂਦਾ ਹੈ ਨਾ, ਇਹ 1911 ਦੇ ਵਿੱਚ ਭਾਈ ਹੀਰਾ ਸਿੰਘ ਸਨ ਉਹ ਇੰਡੀਆ ਜਾਂਦੇ ਨੇ ਜੀ ਅਤੇ ਆਪਣੀ ਪਤਨੀ ਅਤੇ ਨਾਲ ਉਹਨਾਂ ਦੀ ਧੀ ਜਿਹਦਾ ਨਾਂ ਨਿਰੰਜਣ ਕੌਰ ਸੀ, ਛੋਟੀ 3 ਸਾਲ ਦੀ ਬੱਚੀ ਸੀਗੀ। ਠੀਕ ਹੈ, ਉਹਨੂੰ ਉਹ ਲੈ ਕੇ ਅਤੇ June 1911 ਦੇ ਵਿੱਚ ਜੀ ਉਹ ਇੱਥੇ ਵੈਨਕੂਵਰ ਪਹੁੰਚਦੇ ਨੇ। ਠੀਕ ਹੈ, ਪਰ ਉਹਨਾਂ ਨੂੰ ਵੈਨਕੂਵਰ ਜਿਹੜਾ ਨਾ ਉਹ ਉੱਤਰ ਨਹੀਂ ਦਿੱਤਾ ਜਾਂਦਾ ਕਿ ਤੁਹਾਨੂੰ ਇੱਥੇ ਦਾਖਲ ਹੋਣ ਦੀ ਆਗਿਆ ਦੀ, ਉਹੀ ਸ਼ਰਤ ਕਿ ਤੁਸੀਂ ਆਪਣੇ ਮੁਲਕ ਤੋਂ ਸਿੱਧਾ ਟਿਕਟ ਲੈ ਕੇ ਅਤੇ ਸਿੱਧੇ ਇੱਥੇ ਤੁਸੀਂ ਕੈਨੇਡੀਅਨ ਤੱਟ 'ਤੇ ਨਹੀਂ ਪਹੁੰਚੇ। ਅਤੇ ਉਹ ਹੋਇਆ ਇਹ ਕਿ ਉਹਨਾਂ ਨੇ ਜ਼ਮਾਨਤ ਉੱਤੇ ਉਹਨੂੰ ਜੀ ਇੱਥੇ ਉਤਾਰ ਲਿਆ, ਉਹਨਾਂ ਚਿਰ ਤੱਕ ਜਿੱਦਾਂ ਚਿਰ ਤੱਕ ਜਹਾਜ਼ ਚੱਲਣਾ ਹੋਵੇ ਜੀ ਜਾਂ ਨਵੇਂ ਜਹਾਜ਼ ਦੇ ਉੱਤੇ ਸਵਾਰੀ ਨੇ ਬੈਠਣਾ ਹੋਵੇ ਅਤੇ ਜਿਹੜੀ ਸਵਾਰੀ ਹੈ ਨਾ ਉਹਨੂੰ ਜ਼ਮਾਨਤ ਦੇ ਉੱਤੇ ਇੱਥੇ ਉਤਾਰਿਆ ਜਾ ਸਕਦਾ ਸੀ ਜੀ, ਅਤੇ ਉਹ ਉਸ ਬੀਬੀ ਨੂੰ ਉਤਾਰ ਲਿਆ ਗਿਆ। ਪਰ ਬਾਅਦ ਦੇ ਵਿੱਚ ਉਹ ਅਦਾਲਤ ਵਿੱਚ ਚਲੇ ਗਏ ਕਿ ਸਾਨੂੰ ਇੱਥੇ ਰਹਿਣ ਦੀ ਆਗਿਆ ਮਿਲਣੀ ਚਾਹੀਦੀ ਹੈ। ਤਾਂ ਜਦੋਂ ਆਗਿਆ ਅਦਾਲਤ ਵਿੱਚ ਚਲੇ ਗਏ, ਕੇਸ ਲੜਿਆ ਗਿਆ ਅਤੇ ਉਹ ਉਹਨਾਂ ਨੂੰ ਮਤਲਬ ਇਹ ਜਦੋਂ ਆਗਿਆ ਨਹੀਂ ਮਿਲੀ ਤਾਂ ਉਹਨਾਂ ਨੇ ਹਾਈ ਕੋਰਟ ਵਿੱਚ ਜਾ ਕੇ ਅਤੇ ਇਹਦਾ ਸਟੇਅ ਲੈ ਲਿਆ। ਠੀਕ ਹੈ, ਸਟੇਅ ਲੈਣ ਦੇ ਕਰਕੇ ਇਹ ਮਹਿਸੂਸ ਕੀਤਾ ਗਿਆ ਸਰਕਾਰ ਵੱਲੋਂ ਕਿ ਕੋਰਟ ਜਿਹੜੀ ਆ ਨਾ ਜੀ ਨਿਯਮ ਦੇ ਮੁਤਾਬਕ ਹੋ ਸਕਦਾ ਆ ਕਿ ਇਸ ਬੀਬੀ ਨੂੰ ਕੈਨੇਡਾ ਵਿੱਚ ਉਤਰਨ ਦੀ ਆਗਿਆ ਦੇ ਦੇਵੇ। ਠੀਕ ਹੈ, ਅਤੇ ਜੇ ਇਹ ਉਤਰਨ ਦੀ ਆਗਿਆ ਕੋਰਟ ਨੇ ਦੇ ਦਿੱਤੀ ਤਾਂ ਇਹ ਇੱਕ ਰਵਾਇਤ ਬਣ ਜਾਵੇਗੀ। ਕਹਿੰਦੇ ਆ ਕਿ ਨਹੀਂ ਉਹਨਾਂ ਨੂੰ ਮਤਲਬ ਸਹਿ ਤੋਂ ਬਾਅਦ ਪੈ ਦਾ ਡਰ ਪੈ ਗਿਆ ਅਤੇ ਉਹਨਾਂ ਨੇ ਕਿਹਾ ਵੀ ਜੇ ਇਹਨੂੰ ਅਸੀਂ ਚੁੱਪ ਚਪੀਤੇ ਉਸ ਤਰ੍ਹਾਂ ਹੀ ਆਗਿਆ ਦੇ ਦਈਏ ਇੱਥੇ ਰਹਿਣ ਦੀ ਅਤੇ ਕੋਰਟ ਨੂੰ ਫੈਸਲਾ ਹੀ ਨਾ ਕਰਨਾ ਪਵੇ ਅਤੇ ਬਿਹਤਰ ਇਹੋ ਹੀ ਗੱਲ ਹੋਵੇਗੀ ਅਤੇ ਰਾਹ ਨਹੀਂ ਬਣੇਗਾ। ਤਾਂ ਸਰਕਾਰ ਦੇ ਜਿਹੜਾ ਸੀ ਕਿ ਨਹੀਂ ਉਹ ਉਸ ਬੀਬੀ ਨੂੰ ਇੱਥੇ ਰਹਿਣ ਦੀ ਆਗਿਆ ਦੇ ਦਿੱਤੀ। ਦੇਣ ਦਾ ਮਕਸਦ ਇਹ ਸੀਗਾ ਕਿ ਕੋਰਟ ਵੱਲੋਂ ਅੰਤੋਂ ਫੈਸਲਾ ਜਿਹੜਾ ਹੈ ਕਿਤੇ ਬੀਬੀ ਦੇ ਇੱਥੇ ਰਹਿਣ ਦੇ ਹੱਕ ਵਿੱਚ ਨਾ ਹੋਵੇ। ਤਾਂ ਉਹ ਜਦੋਂ ਉਹਨਾਂ ਨੇ ਇਹ ਫੈਸਲਾ ਲੈ ਕੇ ਉਹਨੂੰ ਰਹਿਣ ਦੀ ਆਗਿਆ ਦਿੱਤੀ ਅਤੇ ਕੋਰਟ ਨੇ ਜਿਹੜਾ ਸੀ ਕੇਸ ਖਾਰਜ ਕਰ ਦਿੱਤਾ, ਤਾਂ ਜ਼ਾਹਰ ਹੈ ਕਿ ਉਹਦੇ ਰਹਿਣ ਦੇ ਵਾਸਤੇ ਕੈਨੇਡਾ ਵਿੱਚ ਜਿਹੜਾ ਫੈਸਲਾ ਸੀਗਾ ਉਹ ਕੋਰਟ ਦਾ ਨਹੀਂ ਸੀ, ਉਹ ਸਰਕਾਰ ਦਾ ਆਪਣਾ ਸੀਗਾ ਜੀ। ਇਹ ਮਸਲਾ ਜਦੋਂ ਹੋ ਗਿਆ ਤਾਂ ਫਿਰ ਸਾਡੇ ਲੋਕ ਜਿਹੜੇ ਸੀ ਨਾ ਉਹਨਾਂ ਨੇ ਸਮਝ ਲਿਆ ਵੀ ਸ਼ਾਇਦ ਜੀ ਅਸੀਂ ਕੋਰਟ ਦੇ ਰਾਹੀਂ ਆਪਣੇ ਪਰਿਵਾਰ ਜਿਹੜੇ ਮੰਗਵਾ ਸਕਦੇ ਹਾਂ, ਤਾਂ ਉਹ ਇੱਕ ਤਰੀਕੇ ਦੇ ਨਾਲ ਨਾ ਟਿਕਟਾਂ ਲੈਣ ਦੇ ਵਾਸਤੇ ਪਰਿਵਾਰਾਂ ਸਮੇਤ ਜਿਹੜੇ ਕਿ ਨਹੀਂ ਲੋਕਾਂ ਨੇ ਧਾਈ ਕਰ ਦਿੱਤੀ ਇੱਕ ਤਰੀਕੇ ਦੇ ਨਾਲ ਉੱਥੇ ਹੈ ਹਾਂਗਕਾਂਗ ਦੇ ਵਿੱਚ ਅਤੇ ਸਿੰਗਾਪੁਰ ਦੇ ਵਿੱਚ। ਪਰ ਇਹ ਹੈ ਕਿ ਉਹਨਾਂ ਦਾ ਕਿਸੇ ਦਾ ਵੀ ਇੱਥੇ ਆਉਣਾ ਜਿਹੜਾ ਸੀਗਾ ਉਹ ਭਾਗ ਨਾ ਬਣ ਸਕਿਆ,
अगले समय दे विच फिर जिहड़ा ओह भाई भाग सिंह दे भाई बलवंत सिंह जिहड़े ने ओह अपने परिवार नूं लैण वास्ते जांदे, उहनां दी इक वक्खरी अगे कहानी है जी। बहुत दिलचस्प है जी ये कहानी। सो दोस्तों कहानी जिहड़ी है जी अगली की उस तो बाद जिहड़े है जी अपने होर भारतीयां दे पंजाबीयां दे परिवार इत्थे आए आए तो फिर किवें आए ये भी जानते हैं, पर उस तो पहला लेने जी एक ब्रेक। ब्रेक तो बाद एक बार फिर तुहाडा सारयां दा स्वागत है जी प्रोग्राम प्राइम हिस्टरी दे विच। और ब्रेक तो पहला आपां गल्लबात कर रहे सीगे डॉक्टर संधु दे नाल कि कैनेडा दे विच परिवारां दा आउणा बहुत मुश्किल सीगा, और सब तो पहला भाई हीरा सिंह जिहड़े सीगे अपना परिवार इत्थे लै के आए, तां फिर सिख टैंपल नाल जुड़े अहुदेदार भाई भाग सिंह ते भाई बलवंत सिंह जिहड़े जी ओह वी अपने परिवार लै के आए। ओह किद्दां लै के आए ये जाणदे आ जी डॉक्टर वरियाम सिंह संधु उहनां कोल। सो डॉक्टर साहब तुसीं सानूं ये दसो कि ਭਾਈ ਹੀਰਾ ਸਿੰਘ ਜਦੋਂ ਆਪਣਾ ਪਰਿਵਾਰ ਇੱਥੇ ਲੈ ਕੇ ਆਇਆ ਉਹਨਾਂ ਨੇ ਇਹਦਾ ਸੰਘਰਸ਼ ਜਿਹੜਾ ਜੀ ਉਹ ਕੀਤਾ, ਅਤੇ ਉਸ ਤੋਂ ਬਾਅਦ ਜਿੱਦਾਂ ਇੱਕ ਆਸ ਦੀ ਕਿਰਨ ਜਗੀ ਭਾਈ ਭਾਗ ਸਿੰਘ ਵਾਸਤੇ, ਭਾਈ ਬਲਵੰਤ ਸਿੰਘ ਵਾਸਤੇ, ਮਤਲਬ ਸਾਰੀ ਭਾਰਤੀ ਭਾਈਚਾਰੇ ਵਾਸਤੇ ਹੀ, ਅਤੇ ਫਿਰ ਉਹ ਸਬੱਬ ਕਿਵੇਂ ਬਣਿਆ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਆਪਣੇ ਪਰਿਵਾਰ ਇੱਥੇ ਕਿਵੇਂ ਲੈ ਕੇ ਆਏ ਜੀ? ਆਸ ਦੀ ਕਿਰਨ ਤਾਂ ਮੁੱਢਲੇ ਤੌਰ 'ਤੇ ਇੱਕ ਵਾਰ ਜਾਗੀ ਜੀ, ਪਰ ਇਹ ਆਸ ਦੀ ਕਿਰਨ ਛੇਤੀ ਮੱਧੋਂ ਪੈ ਗਈ, ਕਿਉਂਕਿ ਜਿਹੜੀ ਉਹਨਾਂ ਨੂੰ ਆਸ ਸੀਗੀ ਕਿ ਇਸੇ ਅੰਦਾਜ਼ ਵਿੱਚ ਸ਼ਾਇਦ ਸਾਡੇ ਲੋਕ ਹੋਰ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਜੀ, ਪਰ ਕੈਨੇਡੀਅਨ ਸਰਕਾਰ ਤਾਂ ਬਜ਼ਿੱਦ ਸੀ ਕਿ ਅਸੀਂ ਕਿਸੇ ਵੀ ਭਾਰਤੀ ਨੂੰ ਇੱਥੇ ਆਉਣ ਨਹੀਂ ਦੇਣਾ, ਪਰਿਵਾਰਾਂ ਦੀ ਗੱਲ ਹੀ ਕਿਤੇ ਵੱਖਰੀ ਰਹੀ ਹੈ। ਉਸ ਵੇਲੇ ਨਾ ਫਿਰ ਇੱਕ ਚੈਲੰਜ ਦੇ ਤੌਰ ਉੱਤੇ, ਇੱਕ ਵੰਗਾਰ ਦੇ ਤੌਰ ਉੱਤੇ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਸੀ ਅਤੇ ਜਿਹੜੇ ਗੁਰਦੁਆਰਾ ਸਿੱਖ ਟੈਂਪਲ ਸੀ ਇਹਦੇ ਅਹੁਦੇਦਾਰਾਂ ਨੇ ਆਪ ਜਿਵੇਂ ਕਹਿੰਦੇ ਨਾ ਕੋਈ ਇਹਨੂੰ ਲਿਆ ਸਾਰੇ ਕੁਛ ਨੂੰ, ਅਤੇ ਜਿਵੇਂ ਕਹਿੰਦੇ ਵੀ ਜਰਨੈਲ ਜਦੋਂ ਅੱਗੇ ਹੋ ਕੇ ਕੋਈ ਲੜਦਾ ਨਾ ਮੈਦਾਨ ਦੇ ਜੰਗ ਦੇ ਵਿੱਚ ਤਾਂ ਉਹਦੇ ਅਰਥ ਕੁਝ ਹੋਰ ਹੀ ਬਣਦੇ ਨੇ, ਤਾਂ ਇਹ ਲੜਾਈ ਜਿਹੜੀ ਆ ਨਾ ਉਸ ਵੇਲੇ ਜਿਹੜੇ ਸਾਡੇ ਸਿੱਖ ਆਗੂ ਇੱਕ ਤਰ੍ਹਾਂ ਦੇ ਜਰਨੈਲ ਸਨ, ਜਰਨੈਲ ਸਨ ਉੱਥੇ ਸਾਰੀ ਲੜਾਈ ਦੇ, ਉਹਨਾਂ ਨੇ ਕਿਹਾ ਕਿ ਸਾਨੂੰ ਅੱਗੇ ਆਉਣਾ ਚਾਹੀਦਾ, ਸਾਨੂੰ ਯਤਨ ਕਰਨਾ ਚਾਹੀਦਾ, ਅਸੀਂ ਆਪਣੇ ਪਰਿਵਾਰਾਂ ਨੂੰ ਲਿਆਉਣ ਦੀ ਜਿਹੜੀ ਹੈ ਕਿ ਨਹੀਂ ਉਹ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਵੇਖਦੇ ਹਾਂ ਕਿ ਸਾਡੇ ਨਾਲ ਕੀ ਸਲੂਕ ਹੁੰਦਾ। ਭਾਈ ਭਾਗ ਸਿੰਘ ਜਿਹੜੇ ਨੇ ਉਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸਨ, ਔਰ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀਗਾ ਕਿ ਭਾਈ ਬਲਵੰਤ ਸਿੰਘ ਜਿਹੜੇ ਸਨ ਖੁਰਦਪੁਰ ਵਾਲੇ ਉਹ ਇੱਥੋਂ ਦੇ ਮੁੱਖ ਗ੍ਰੰਥੀ ਸਨ, ਤਾਂ ਇਹ ਦੋਵੇਂ ਹੀ ਜਿਹੜੇ ਸੱਜਣ ਨੇ ਨਾ ਇਹ ਸਲਾਹ ਕਰਕੇ ਆਪਣੇ ਮੁਲਕ ਨੂੰ ਜਾਂਦੇ ਨੇ ਤਾਂ ਕਿ ਉੱਥੋਂ ਉਹ ਆਪਣੀਆਂ ਪਤਨੀਆਂ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਜੀ, ਅਤੇ ਜੇ ਸਰਕਾਰ ਉਹਨਾਂ ਨੂੰ ਉੱਤਰ ਨਹੀਂ ਦਿੰਦੀ ਕੈਨੇਡਾ ਦੇ ਤੱਟ ਉੱਤੇ ਤਾਂ ਫਿਰ ਉਸ ਤਰ੍ਹਾਂ ਹੀ ਉਹ ਆਪਣਾ ਕੇਸ ਜਿਹੜਾ ਆ ਜਿਵੇਂ ਭਾਈ ਹੀਰਾ ਸਿੰਘ ਨੇ ਕੋਰਟ 'ਚ ਖੜਿਆ ਸੀ ਉਸ ਤਰ੍ਹਾਂ ਹੀ ਕੋਰਟ ਵਿੱਚ ਲੈ ਕੇ ਜਾਣ। ਅਸਲ 'ਚ ਉਹਨਾਂ ਦਾ ਮਕਸਦ ਇਹ ਸੀ ਕਿ ਅਦਾਲਤੀ ਲੜਾਈ ਜਿਹੜੀ ਪਹਿਲੇ 'ਚ ਅਦਾਲਤੀ ਲੜਾਈ ਜਿਹੜੀ ਸੀ ਕਿ ਨਹੀਂ ਲੜਦਿਆਂ ਹੋਇਆਂ ਸਰਕਾਰ ਚਲਾਕੀ ਮਾਰ ਗਈ ਸੀਗੀ ਕਿ ਉਹਨਾਂ ਨੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਜਿਹੜੇ ਭਾਈ ਹੀਰਾ ਸਿੰਘ ਸੀ ਉਹਦੀ ਪਤਨੀ ਨੂੰ ਇੱਥੇ ਰਹਿਣ ਦੀ ਆਗਿਆ ਦੇ ਦਿੱਤੀ ਸੀਗੀ ਅਤੇ ਅਦਾਲਤੀ ਫੈਸਲਾ ਆਇਆ ਨਹੀਂ ਸੀ, ਤਾਂ ਸਾਡੇ ਲੋਕ ਕਹਿੰਦੇ ਸਨ ਕਿ ਅਦਾਲਤੀ ਲੜਾਈ ਲੜਨ ਦੀ ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ, ਹੋ ਸਕਦਾ ਹੈ ਕਿ ਅਦਾਲਤ ਜਿਹੜੀ ਆ ਉਹ ਸਾਡੇ ਹੱਕ ਵਿੱਚ ਫੈਸਲਾ ਕਰ ਦੇਵੇ। ਤਾਂ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਦੋਵੇਂ ਇੰਡੀਆ ਨੂੰ ਜਾਂਦੇ ਨੇ ਆਪਣੇ ਪਰਿਵਾਰਾਂ ਨੂੰ ਆਪਣੀਆਂ ਪਤਨੀਆਂ ਨੂੰ ਲੈ ਕੇ, ਅਤੇ ਉਹ ਜਦੋਂ ਕਲਕੱਤੇ ਆਉਂਦੇ ਨੇ ਅਤੇ ਉੱਥੋਂ ਇਸ ਗੱਲ ਨੂੰ ਮਤਲਬ ਉਹ ਪੁਸ਼ਟ ਕਰਨ ਦੇ ਵਾਸਤੇ ਕਿ ਇਹ ਨਾ ਕਿਹਾ ਜਾਵੇ ਕਿ ਅਸੀਂ ਐਵੇਂ ਅਚਨਚੇਤ ਹੀ ਆ ਗਏ ਹਾਂ ਕੈਨੇਡਾ ਦੇ ਤੱਟ ਉੱਤੇ ਜੀ, ਉਹਨਾਂ ਨੇ ਵਾਇਸਰਾਏ ਹਿੰਦ ਨੂੰ ਤਾਰ ਦਿੱਤੀ ਕਿ ਸਾਨੂੰ ਇੱਥੋਂ ਕੋਈ ਟਿਕਟ ਨਹੀਂ ਮਿਲਦੀ ਪਈ। ਇਸੇ ਤਰ੍ਹਾਂ ਹੀ ਨਾਲ ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਕਿਹਾ ਕਿ ਅਸੀਂ ਇੱਥੋਂ ਆਉਣਾ ਚਾਹੁੰਦੇ ਹਾਂ, ਅਸੀਂ ਕਲਕੱਤੇ ਤੋਂ ਹੀ ਟਿਕਟਾਂ ਲੈਣੀਆਂ ਚਾਹੁੰਦੇ ਹਾਂ, ਪਰ ਸਾਨੂੰ ਟਿਕਟ ਨਹੀਂ ਮਿਲਦੀ ਪਈ। ਕੈਨੇਡਾ ਦੀ ਸਰਕਾਰ ਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ, ਠੀਕ ਹੈ, ਅਤੇ ਹਿੰਦ ਦੀ ਸਰਕਾਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਸਾਡਾ ਇਸ ਗੱਲ ਦਾ ਕੋਈ ਵਾਸਤਾ ਨਹੀਂ ਜੀ, ਇਹਦਾ ਵਾਸਤਾ ਹੈਗਾ ਕੈਨੇਡਾ ਦੀ ਸਰਕਾਰ ਨਾਲ, ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰੋ। ਜਦੋਂ ਕੋਈ ਵੀ ਜਵਾਬ ਸਹੀ ਨਹੀਂ ਮਿਲਿਆ ਉਹਨਾਂ ਨੂੰ, ਕੈਨੇਡਾ ਦੀ ਸਰਕਾਰ ਨੇ ਦਿੱਤਾ ਕੋਈ ਨਹੀਂ, ਹਿੰਦ ਦੀ ਸਰਕਾਰ ਨੇ ਜਵਾਬ ਦੇ ਦਿੱਤਾ, ਅਤੇ ਉਹ ਫਿਰ ਉੱਥੋਂ ਜਹਾਜ਼ 'ਤੇ ਚੜ੍ਹ ਕੇ ਅਤੇ ਹਾਂਗਕਾਂਗ ਆ ਜਾਂਦੇ ਆ। ਹਾਂਗਕਾਂਗ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਟਿਕਟਾਂ ਮਿਲ ਜਾਣ ਉੱਥੋਂ ਦੀਆਂ ਸਿੱਧੀਆਂ, ਪਰ ਸਿੱਧੀ ਟਿਕਟ ਉੱਥੋਂ ਵੀ ਕੋਈ ਜਿਹੜਾ ਸੀ ਕੈਨੇਡਾ ਦੀ ਦੇਣ ਨੂੰ ਕੋਈ ਜਹਾਜ਼ੀ ਕੰਪਨੀ ਤਿਆਰ ਨਹੀਂ ਸੀ। 2 ਮਹੀਨੇ ਉੱਥੇ ਖੱਜਲ ਹੋਏ, ਔਰ 2 ਮਹੀਨੇ ਖੱਜਲ ਹੋਣ ਤੋਂ ਬਾਅਦ ਉਹਨਾਂ ਨੇ ਉਸ ਜਹਾਜ਼ ਦੀ ਟਿਕਟ ਲਈ ਜਿਹੜਾ ਜਹਾਜ਼ ਸਨ ਫਰਾਂਸਿਸਕੋ ਜਾਣਾ ਸੀਗਾ, ਉਹਨਾਂ ਨੇ ਸਨ ਫਰਾਂਸਿਸਕੋ ਦੀ ਟਿਕਟ ਲਈ,
ਤੇ ਉਸ ਜਹਾਜ਼ ਉੱਤੇ ਆਪਣੀਆਂ ਪਤਨੀਆਂ ਸਮੇਤ ਉਹ ਚੜ੍ਹ ਕੇ ਤੇ ਸਾਨ ਫਰਾਂਸਿਸਕੋ ਜਾਂਦੇ ਹੋਏ ਉਹ ਵੈਨਕੂਵਰ ਉਤਰੇ। ਡਾਕਟਰ ਸਾਹਿਬ, ਇੱਥੇ ਮੇਰਾ ਇੱਕ ਅਚਨਚੇਤ ਮੇਰੇ ਮਨ 'ਚ ਸਵਾਲ ਹੈ ਕਿ ਜਿਹੜੇ ਇੱਕ ਜਿਹੜਾ ਕਾਨੂੰਨ ਬਣਿਆ ਸੀਗਾ ਸਿੱਧਾ ਆਪਣੇ ਮੁਲਕ ਤੋਂ ਜਿਹੜਾ ਜੀ ਕੈਨੇਡਾ ਦੇ ਤੱਟ 'ਤੇ ਜਿਹੜਾ ਜਹਾਜ਼ ਹੈਗਾ ਉਹਨੂੰ ਉਤਰਨ ਦੀ ਆਗਿਆ ਮਿਲੇ, ਅਮਰੀਕਾ ਨੇ ਵੀ ਕੁਝ ਇੱਦਾਂ ਦਾ ਕਾਨੂੰਨ ਪਾਸ ਕੀਤਾ ਸੀਗਾ ਕਿ ਅਮਰੀਕਾ ਜਿਹੜੇ ਸੀਗੇ ਉਹ ਪ੍ਰਵਾਸੀ ਭਾਰਤੀ ਜਿਹੜੇ ਸੀਗੇ ਉਹ ਕਿਸੇ ਹੋਰ ਮੁਲਕ ਰਾਹੀਂ ਵੀ ਪਹੁੰਚ ਸਕਦੇ ਸੀ? ਨਹੀਂ, ਉਹਨਾਂ ਇਸ ਤਰ੍ਹਾਂ ਦਾ ਜ਼ਾਹਰਾ ਕਾਨੂੰਨ ਤਾਂ ਕੋਈ ਪਾਸ ਨਹੀਂ ਸੀ ਕੀਤਾ, ਪਰ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਵੀ ਰੋਕਾਂ ਉਸ ਤਰ੍ਹਾਂ ਹੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਜਿਸ ਤਰ੍ਹਾਂ ਸਾਡੇ ਇੱਥੇ ਲੱਗੀਆਂ ਹੋਈਆਂ ਨੇ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਦੋਂ ਸਾਡੇ ਲੋਕ ਆਉਂਦੇ ਸਨ ਨਾ, ਤਾਂ ਉਹਨਾਂ ਨੂੰ ਕੁਝ ਇੱਕ ਗਿਣਤੀ ਦੇ ਬੰਦੇ ਜਿਹੜੇ ਸੀਗੇ ਉਹ ਉਤਰਨ ਦਿੰਦੇ ਸੀ, ਬਾਕੀਆਂ ਨੂੰ ਵਾਪਸ ਮੋੜ ਦਿੰਦੇ ਸੀ। ਜਦੋਂ ਆਪਾਂ ਆਪਣੇ ਇਤਿਹਾਸ ਦੀ ਲੜੀ ਅਮਰੀਕਾ ਬਾਰੇ ਸਾਂਝੀ ਕਰਾਂਗੇ ਨਾ, ਉਦੋਂ ਮੈਂ ਤੁਹਾਡੇ ਨਾਲ ਉਹਦੇ ਬਾਰੇ ਵੀ ਵਿਸਥਾਰ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਰੋਕਾਂ ਲਾਈਆਂ ਸੀ। ਹਾਲ ਦੀ ਘੜੀ ਆਪਾਂ ਇਹ ਗੱਲ ਕਰਦੇ ਪਏ ਹਾਂ ਅਤੇ ਜਦੋਂ ਉਹ ਵੈਨਕੂਵਰ ਆਏ ਤਾਂ ਉਸੇ ਤਰੀਕੇ ਦੇ ਨਾਲ ਉਹ ਜਿਹੜੇ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ, ਉਹਨਾਂ ਨੇ ਉਸ ਤਰ੍ਹਾਂ ਹੀ ਜ਼ਮਾਨਤ ਉੱਤੇ ਉਹਨਾਂ ਨੂੰ ਉਤਾਰਿਆ ਅਤੇ ਜ਼ਮਾਨਤ ਉੱਤੇ ਉਤਾਰਨ ਤੋਂ ਬਾਅਦ ਉਸ ਤਰ੍ਹਾਂ ਹੀ ਕੋਰਟ ਦੇ ਵਿੱਚ ਕੇਸ ਕੀਤਾ, ਪਰ ਉਹਨਾਂ ਦਾ ਕੇਸ ਜਿਹੜਾ ਸੀਗਾ ਉਹ ਪ੍ਰਵਾਨ ਨਹੀਂ ਹੋਇਆ ਅਤੇ ਫਿਰ ਉਹ ਵੀ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਅਤੇ ਉਸ ਵੇਲੇ ਜਿਹੜਾ ਨਾ ਹਾਈ ਕੋਰਟ ਜਾਣ ਕਰਕੇ ਜਿਹੜਾ ਮਿਸਟਰ ਹੌਪਕਿੰਸਨ ਸੀ ਨਾ ਜਿਹੜਾ ਸੀ ਆਈ ਡੀ ਦਾ ਇੱਕ ਅਫਸਰ ਸੀਗਾ, ਉਹਨੇ ਇਹ ਸਲਾਹ ਦਿੱਤੀ ਵੀ ਇਹ ਸੰਭਾਵਨਾ ਬਣਦੀ ਆ ਕਿ ਜਿਹੜਾ ਜੱਜ ਹਾਈ ਕੋਰਟ ਦਾ ਮੌਰਿਸਨ ਆ ਨਾ ਉਹ ਇਹਨਾਂ ਨੂੰ ਇੱਥੇ ਉਤਰਨ ਦੀ ਆਗਿਆ ਦੇ ਸਕਦਾ ਹੈ, ਇਸ ਕਰਕੇ ਜੇ ਉਹਨੇ ਆਗਿਆ ਦੇ ਦਿੱਤੀ ਤਾਂ ਇਹ ਗੱਲ ਬੜੀ ਖਤਰਨਾਕ ਹੋਣੀ ਆ। ਠੀਕ ਹੈ, ਅਤੇ ਚਾਹੀਦਾ ਇਹ ਆ ਕਿ ਤੁਸੀਂ ਇਹਨਾਂ ਨੂੰ ਇੱਥੇ ਉਤਰਨ ਦੀ ਆਗਿਆ ਦੇ ਦਿਓ। ਤੋ ਇੱਥੇ ਵੀ ਅਦਾਲਤੀ ਫੈਸਲਾ ਨਹੀਂ ਹੋਇਆ, ਉਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਜਿਹੜਾ ਸੀਗਾ ਉਹ ਇੱਥੇ ਉਤਰਨ ਦੀ ਆਗਿਆ ਮਿਲ ਗਈ। ਤੋ ਇਸ ਤਰੀਕੇ ਦੇ ਨਾਲ ਇਹ 1912 ਦੀ ਜਨਵਰੀ ਦੀ ਗੱਲ ਹੈਗੀ, 27 ਜਨਵਰੀ ਹੈ ਸ਼ਾਇਦ, ਜਦੋਂ ਇਹ ਦੋ ਬੀਬੀਆਂ ਜਿਹੜੀਆਂ ਨੇ ਭਾਈ ਭਾਗ ਸਿੰਘ ਦੀ ਪਤਨੀ ਜਿਹੜੀ ਸੀ ਉਹਦਾ ਨਾਂ ਸੀ ਹਰਨਾਮ ਕੌਰ ਅਤੇ ਭਾਈ ਬਲਵੰਤ ਸਿੰਘ ਦੀ ਪਤਨੀ ਜਿਹੜੀ ਸੀ ਉਹਦਾ ਨਾਂ ਸੀ ਬੀਬੀ ਕਰਤਾਰ ਕੌਰ, ਅਤੇ ਇਹ ਇਹਨਾਂ ਦੇ ਨਾਲ ਜਿਹੜੇ ਸੀ ਉਹ ਬੱਚੇ ਵੀ ਸੀਗੇ। ਤੋ ਇਹ ਪਰਿਵਾਰ ਜਿਹੜੇ ਨੇ ਨਾ ਇਹ ਤਿੰਨ ਪਰਿਵਾਰ ਇੱਥੇ ਆਏ, ਪਰ ਇਹਨਾਂ ਦੇ ਆਉਣ ਦੇ ਬਾਵਜੂਦ ਵੀ ਸਾਡੇ ਵਾਸਤੇ ਰਾਹ ਨਹੀਂ ਖੁੱਲ੍ਹੇ। ਇਹ ਇੱਕ ਸੰਘਰਸ਼ ਦੀ ਲੰਮੀ ਕਹਾਣੀ ਆ, ਅਰਜ਼ੀਆਂ ਪਰਚਿਆਂ ਵਾਲੇ ਜਿਹੜੇ ਲੋਕ ਸਨ ਉਹਨਾਂ ਨੇ ਵੀ ਆਟੋਮੈਟ ਜਾ ਕੇ ਬੇਨਤੀਆਂ ਕੀਤੀਆਂ, ਤੋ ਇਹ ਕਹਾਣੀ ਅੱਗੇ ਸਾਂਝੀ ਕੀਤੀ ਜਾ ਸਕਦੀ ਹੈ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਭਾਈ ਭਾਗ ਸਿੰਘ ਔਰ ਭਾਈ ਬਲਵੰਤ ਸਿੰਘ ਔਰ ਉਸ ਤੋਂ ਪਹਿਲਾਂ ਭਾਈ ਹੀਰਾ ਸਿੰਘ, ਇਹਨਾਂ ਤਿੰਨਾਂ ਸੱਜਣਾਂ ਦੇ ਜਿਹੜੇ ਆ ਜੀ ਪਰਿਵਾਰ ਕੈਨੇਡਾ ਦੇ ਵਿੱਚ ਆ ਗਏ, ਔਰ ਉਸ ਤੋਂ ਬਾਅਦ ਬਾਕੀ ਜਿਹੜੇ ਭਾਰਤੀ ਹੈ ਉਹਨਾਂ ਦੇ ਪਰਿਵਾਰ ਆਏ ਜਾਂ ਨਹੀਂ ਆਏ, ਇਹਦੇ ਬਾਰੇ ਵੀ ਜਿਹੜੀ ਹੈ ਜੀ ਗੱਲਬਾਤ ਬੜੀ ਦਿਲਚਸਪ ਹੋਵੇਗੀ, ਕਰਨ ਵਾਲੀ ਹੋਵੇਗੀ ਔਰ ਖੋਜ ਭਰਪੂਰ ਹੋਵੇਗੀ, ਇਹ ਵੀ ਜਾਣਾਂਗੇ। ਲੇਕਿਨ ਸਮਾਂ ਸਾਨੂੰ ਹੋਰ ਅੱਜ ਦੇ ਪ੍ਰੋਗਰਾਮ ਦਾ ਇਜਾਜ਼ਤ ਨਹੀਂ ਦੇ ਰਿਹਾ, ਸੋ ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਬਾਕੀ ਗੱਲਬਾਤ ਅੱਗੇ ਕਰ ਲਵਾਂਗੇ ਜੀ। ਜ਼ਰੂਰ, ਬਿਲਕੁਲ। ਸੋ ਦੋਸਤੋ, ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਹੈ ਜੀ ਗੱਲਬਾਤ, ਇਹ ਲੜੀਵਾਰ ਪ੍ਰੋਗਰਾਮ ਸਾਡੇ ਇਤਿਹਾਸ ਦਾ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਸੋ ਅਗਲੇ ਪ੍ਰੋਗਰਾਮ ਤੱਕ ਜੀ ਉਡੀਕ ਕਰਨੀ ਕਿ ਬਾਕੀ ਜਿਹੜੇ ਭਾਰਤੀ ਹੈ ਜੀ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਪਰਿਵਾਰਾਂ ਦੇ ਨਾਲ ਬੈਠੇ ਹੋਏ ਹਾਂ, ਆਪਣੇ ਮਾਤਾ ਪਿਤਾ ਦੇ ਨਾਲ ਬੈਠੇ ਹੋਏ ਹਾਂ, ਲੇਕਿਨ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਾਡੇ ਭਾਰਤੀ ਸੀਗੇ ਆਪਣੇ ਬੱਚਿਆਂ ਤੋਂ ਆਪਣੀ ਪਤਨੀਆਂ ਤੋਂ ਦੂਰ ਕਿਵੇਂ ਇੱਥੇ ਜੀ ਮਿਹਨਤ ਮੁਸ਼ਕਤ ਔਰ ਵਿਤਕਰੇ ਦੀ ਭਾਵਨਾ, ਉਹ ਵਾਲੀ ਜ਼ਿੰਦਗੀ ਜਿਹੜੀ ਜਿਉ ਰਹੇ ਸੀਗੇ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਾਣਾਂਗੇ ਕਿ ਸਾਡੇ ਭਾਰਤੀਆਂ ਦੇ ਹੋਰ ਪਰਿਵਾਰ ਇੱਥੇ ਆਏ, ਜੇ ਆਏ ਤਾਂ ਕਿਵੇਂ ਆਏ, ਜੇ ਨਹੀਂ ਆਏ ਤਾਂ ਫਿਰ ਉਹਨਾਂ ਦਾ ਅਗਲੇ ਭਵਿੱਖ ਦੇ ਵਿੱਚ ਕੀ ਬਣਿਆ। ਸੋ ਅਗਲੇ ਪ੍ਰੋਗਰਾਮ ਤੱਕ ਜੀ ਉਡੀਕ ਕਰਨੀ, ਅਤੇ ਹੁਣ ਮੈਂ ਤੁਹਾਡੇ ਕੋਲ ਲੈਣਾ ਜੀ ਇਜਾਜ਼ਤ। ਸਤਿ ਸ੍ਰੀ ਅਕਾਲ।